ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰੇ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਹਾਰ ਸਤ ਗੁਰ ਮਮ 베ਰੀ ਕਟੋ ਨਿਜ 베ਰੀ ਪਰਚਾਰ ਇਹ 베ਰੀ ਹੋਏ ਭਵ ਸਫਲ ਬਿਨ 베ਰੀ ਕਰਪਾਰ ਸਤ ਗੁਰ ਮਮ 베ਰੀ ਕਟੋ ਨਿਜ 베ਰੀ ਪਰਚਾਰ ਇਹ 베ਰੀ ਹੋਏ ਭਵ ਸਫਲ ਬਿਨ 베ਰੀ ਕਰ ਪਾਰੇ ਕੰਕਾਰ ਸਤ ਗੁਰੂ ਤੇਹ ਪ੍ਰਸਾਦ ਸਚ ਹੋਏ ਵਾਹੇ ਗੁਰੂ ਜੀ ਕੀ ਫਤਹ ਹੈ ਬਿਗਨ ਬਿਨਾਸ਼ਨ ਸੋਏ ਇਕੰਕਾਰ ਸਤਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿ ਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀਰਤਕ ਦਿਨ ਸਤ ਗੁਰ ਕੇ ਤੀਰ ਰਹਤ ਭਇਓ ਭੂਪਤ ਮਤ ਤੀਰ ਬਹੁਤ ਭਾਤ ਕੇ ਸੁਨ ਉਪਦੇਸ ਪ੍ਰਭ ਕਾ ਸਿਮਰਨ ਕਰਹਿ ਹਮੇਸ਼ ਕੀ ਤੱਕ ਦਿਨ ਸਤ ਗੁਰ ਕੇ ਤੀਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰ ਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਰੂਪ ਸੱਚੇ ਪਾਤਸ਼ਾਹ ਦਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ਼ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਨ ਹੋ ਕੇ ਆਪ ਜੀ ਗੁਰਬਾਣੀ ਜੀ ਦਾ ਰਸ ਪਿੰਨਾ ਕੀ ਰਤਨ ਗੁਰੂ ਸਵਾਰਿਆਂ ਪਾਸੋ ਸਰਬਨ ਕਰ ਰਹੇ ਸੀਗੇ ਸੱਬੇ ਜੀ ਸਮਾਲ ਆਪਣੀ ਮਿਹਰ ਕਰ ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਕਥਾ ਦੇ ਨਾਲ ਹੁਣ ਆਪਾਂ ਜੁੜਨਾ ਹੈ ਪਿਆਰ ਦੇ ਨਾਲ ਸਾਦੀ ਸੰਗਤ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਸੁਖਾਂ ਦੇ ਸਾਗਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਿਵਾਜ ਦੀ ਮਹਾਨ ਪਵਿੱਤਰ ਕਥਾ ਆਪ ਦੀ ਸਿੱਖ ਸੰਗਤ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ ਹਜ਼ੂਰ ਮਹਾਰਾਜ ਗਰੀਬ ਨਿਵਾਜ ਸ੍ਰੀ ਅਮਰ்த ਸਹਿਬ ਜੀ ਦੀ ਧਰਤੀ ਤੇ ਸੁਭਾਏ ਇਮਾਨ ਖਾਨ ਸੁਕੇਤ ਮੰਡੀ ਦਾ ਰਾਜਾ ਆਉਂਦਾ ਕਿਤੇ ਕਿਤੇ ਗ੍ਰੰਥਾਂ ਵਿੱਚ ਇਹਦਾ ਨਾਮ ਰਾਜਾ ਹਰੀ ਸੈਨ ਮਿਲਦਾ ਹੈ ਇਹ ਰਾਜਾ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਇਆ ਗੁਰਬਾਣੀ ਜੀ ਦੀ ਇੱਕ ਪੰਕਤੀ ਉੱਤੇ ਇਹਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਜੇ ਲੇਖ ਰੱਬ ਦੇ ਹੀ ਲਿਖੇ ਹੋਏ ਆ ਤੇ ਗੁਰੂ ਦੀ ਹਜ਼ੂਰੀ ਵਿੱਚ ਆਉਣ ਦਾ ਕੀ ਫਾਇਦਾ ਹੈਗਾ ਜੇ ਕਰਮਾਂ ਦਾ ਫਲ ਭੋਗਣਾ ਗੁਰੂ ਸਾਹਿਬ ਮਹਾਰਾਜ ਨੇ ਫਿਰ ਇਹਨੂੰ ਵਿਖਾਇਆ ਜੀ ਉਹ ਕੀ ਵਿਖਾਇਆ ਉਤ ਉਸੇ ਪਿਛਲੇ ਦਿਨਾਂ ਦੀ ਕਥਾ ਵਿੱਚ ਸਰਵਣ ਕੀਤਾ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਬਖਾ ਦਿੱਤਾ ਕਿਵੇਂ ਇਹਨੂੰ ਸੁਪਨੇ ਦੇ ਵਿੱਚ ਉਹ ਪਹਿਨਾ ਰਾਜੇ ਬਣ ਕੇ ਮੌਤ ਹੋਈ ਫਿਰ ਚੰਡਾਲ ਦੀ ਮੌਤ ਹੋਈ ਜਦੋਂ ਅਗਲੇ ਦਿਨ ਸ਼ਿਕਾਰ ਖੇਡਦਾ ਖੇਡਦਾ ਜੰਗਲ ਵਿੱਚ ਪਹੁੰਚਿਆ ਪਾਣੀ ਪੀਣ ਵਾਸਤੇ ਅੱਗੇ ਇੱਕ ਪਿੰਡ ਵਿੱਚ ਪਹੁੰਚ ਗਿਆ ਉਸੇ ਪਿੰਡ ਵਿੱਚ ਪਹੁੰਚ ਗਿਆ ਜਿੱਥੇ ਇਹਦਾ ਜਨਮ ਹੋਇਆ ਸੀਗਾ ਜੀ ਉੱਥੋਂ ਦੇ ਲੋਕ ਪਰਿਵਾਰ ਇਹਨੂੰ ਆਖੇ ਵੀ ਇਹ ਸਾਡਾ ਚੰਡਾਲ ਹੈ ਭਾਵੇਂ ਸਾਡੇ ਪਰਿਵਾਰ ਦਾ ਜੀ ਹੈ ਇਹ ਆਖੇ ਮੈਂ ਰਾਜਾ ਹਾਂ ਕਰ ਕਰਾ ਕੇ ਗੁਰੂ ਅਰਜਨ ਸਾਹਿਬ ਨੇ ਦੀ ਜਾਨ ਛੁਡਾਈ ਦੀ ਉਹ ਤੁਸੀਂ ਸਾਡੀ ਸਾਖੀ ਸੁਣ ਲਈ ਹੈ ਮਹਾਰਾਜ ਨੇ ਕਿਵੇਂ ਫਿਰ ਇਹਨੂੰ ਉੱਥੋਂ ਕੱਢਿਆ ਜੀ ਅਗਲੇ ਦਿਨ ਫਿਰ ਰਾਜੇ ਨੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਉਹ ਪਿੰਡ ਵਾਲੇ ਬੰਦੇ ਸੱਚ ਕਹਿੰਦੇ ਸਨ ਪਰ ਮੈਂ ਤੇ ਰਾਜਾ ਹਾਂ ਪਰ ਸੁਪਨੇ 'ਚ ਮੈਂ ਟੰਡਾਲਵੀ ਬਣਿਆ ਮਹਾਰਜ ਕਹਿਣ ਲੱਗੇ ਰਾਜਨ ਤੇਰੇ ਕਰਮਾਂ ਵਿੱਚ ਸੀਗਾ ਕਹਿਣ ਲੱਗੇ ਸੰਗਤ ਜੀ ਕਰਮਾਂ ਨੂੰ ਜੇ ਕੋਈ ਮੇਟ ਸਕਦਾ ਹੈ ਗੁਰੂ ਸਾਹਿਬ ਮੇਟ ਸਕਦੇ ਆ ਉਹ ਵੀ ਇੱਕ ਵਿਧਾਨ ਵਿੱਚ ਰਹਿ ਕੇ ਤੇਰੇ ਕਰਮਾਂ ਦੇ ਵਿੱਚ ਲਿਖਿਆ ਸੀ ਤੂੰ ਸਾਡੀ ਹਜ਼ੂਰੀ ਵਿੱਚ ਆਇਆ ਗੁਰੂ ਕੀ ਸਿੱਖੀ ਨੂੰ ਧਾਰਨ ਕਰਨ ਦਾ ਤੂਫਰਨਾ ਬਣਾਇਆ ਗੁਰੂ ਸਾਹਿਬ ਨੇ ਤੇਰੀ ਮਦਦ ਕੀਤੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਜਨਮ ਤੂੰ ਲੈਣਾ ਸੀਗਾ ਉਹ ਸਾਰੇ ਦਾ ਸਾਰਾ ਜਨਮ ਉਹ ਤੇਰਾ ਇੱਕ ਪੈਰ ਦੇ ਸੁਪਨੇ ਦੇ ਵਿੱਚ ਮਹਾਰਾਜ ਨੇ ਕੱਟ ਦਿੱਤਾ ਜੀ ਉਹ ਤੁਸੀਂ ਸੁਣਿਆ ਸੰਗਤ ਜੀ ਇੱਕ ਜਨਮ ਲੈਂਦੇ ਆ ਉਸ ਜਨਮ ਵਿੱਚ ਬੜੇ ਦੁੱਖ ਹੁੰਦੇ ਆ ਬੜੇ ਸੁੱਖ ਹੁੰਦੇ ਆ ਖੁਸ਼ੀ ਦਾ ਸਮਾਂ ਵੀ ਆਉਂਦਾ ਹੈ ਗਮੀ ਦਾ ਸਮਾਂ ਵੀ ਆਉਂਦਾ ਹੈ ਬੜਾ ਕੁਝ ਆਉਂਦਾ ਹੈ ਜੀ ਬਹੁਤ ਕੁਝ ਆਉਂਦਾ ਹੈ ਪਰ ਤੁਸੀਂ ਸੁਣਿਆ ਇੰਨਾ ਵੱਡਾ ਜਨਮ ਉਸ ਜਨਮ ਦਾ ਦੁੱਖ ਸੁੱਖ ਇੰਨੀ ਜ਼ਿਆਦਾ ਉਮਰ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਪੈਰ ਵਿੱਚ ਕੱਟ ਦਿੱਤੀ ਜੀ ਉਹਦੀ ਜੀ ਭੋਗ ਵੀ ਲਿਆ ਤੇ ਸਾਧ ਸੰਗਤ ਦੀ ਭਲਾ ਵੀ ਹੋ ਗਿਆ ਜੀ ਇਹ ਗੁਰੂ ਸਾਹਿਬ ਮਹਾਰਾਜ ਦੀ ਖੇਡ ਹੈ ਗੁਰੂ ਸਾਹਿਬ ਮਹਾਰਾਜ ਦੀ ਲੀਲਾ ਹੈ ਰਾਜੇ ਨੂੰ ਜਦੋਂ ਪਤਾ ਲੱਗਾ ਰਾਜਾ ਮਹਾਰਾਜ ਦੇ ਸਾਹਮਣੇ ਬੈਠਾ ਬੈਰਾਗ ਕਰਨ ਲੱਗ ਪਿਆ। ਉਹਦੇ ਨੇਤਰਾਂ 'ਚ ਹੰਝੂ ਆ ਗਏ। ਕਹਿੰਦਾ ਮਹਾਰਾਜ ਮੈਂ ਅੱਜ ਤੋਂ ਤੁਹਾਡਾ ਸੇਕ ਹੈਗਾ ਸੱਚੇ ਪਾਤਸ਼ਾਹ। ਮਹਾਰਾਜ ਤੁਸੀਂ ਧੰਨ ਮਹਾਰਾਜ ਮੇਰਾ ਇੰਨਾ ਭਲਾ ਕਰ ਦਿੱਤਾ ਮੈਂ ਗੱਲ ਵੀ ਨਾ ਸਮਝ ਸਕਿਆ। ਇਹ ਗੱਲ ਮੈਂ ਬਾਰ-ਬਾਰ ਤੁਹਾਡੇ ਚਰਨਾਂ ਵਿੱਚ ਇੱਕ ਬੇਇੰਤੀ ਕਰਨਿਆ। ਸੰਗਤ ਜੀ ਚੇਤਾ ਰੱਖੋ ਗੁਰੂ ਦੀ ਹਜ਼ੂਰੀ ਵਿੱਚ ਆਇਆ ਸਤਿਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਇੱਥੇ ਆ ਕੇ ਬੈਠ ਕੇ ਕਥਾ ਕੀਰਤਨ ਸੁਣਿਆ ਸਤਿਗੁਰੂ ਜੀ ਦੀ ਬਾਣੀ ਸੁਣਿਆ ਤੁਹਾਡਾ ਨੁਕਸਾਨ ਨਹੀਂ ਹੋਏਗਾ ਜੀ ਇਸ ਗੱਲ ਦਾ ਤੁਹਾਨੂੰ ਲਾਭ ਹੀ ਲਾਭ ਹੋਏਗਾ ਫਾਇਦਾ ਹੀ ਫਾਇਦਾ ਹੋਏਗਾ ਜਿਹੋ ਜੇ ਕਰਮ ਨੇ ਜੀ ਜੇ ਤੇ ਕਰਮਾਂ 'ਚ ਦੁੱਖ ਲਿਖਿਆ ਤੇ ਦੁੱਖ ਕਟਿਆ ਜਾਏਗਾ ਜੀ ਥੋੜਾ ਜਿਹਾ ਰਹਿ ਜਾਏਗਾ ਉਹ ਵੀ ਮਹਾਰਾਜ ਘਟਾ ਦੇਣਗੇ ਬੰਦੇ ਨੂੰ ਪਤਾ ਨਹੀਂ ਲੱਗਦਾ ਜੀ ਤੇ ਜਿਹਦੀ ਜ਼ਿੰਦਗੀ ਚ ਪਹਿਲਾਂ ਹੀ ਸੋਖ ਹੈ ਨਾ ਜੀ ਉਹ ਤੇ ਆਉਂਦਿਆਂ ਬਹਿੰਦਿਆਂ ਸਾਰੀ ਨਿਹਾਲ ਹੋ ਜਾਂਦਾ ਜੀ ਇਸ ਕਰਕੇ ਸਤ ਸੰਗ ਦੀ ਜਿਹੜੀ ਘੜੀ ਹੈ ਇਹ ਬੰਦੇ ਦਾ ਫਾਇਦਾ ਹੀ ਕਰਦੀ ਹੈ ਇਹ ਬੰਦੇ ਦਾ ਨੁਕਸਾਨ ਨਹੀਂ ਕਦੀ ਕਰਦੀ ਜੀ ਇਸ ਕੇ ਇਸ ਕਰਕੇ ਤਗੜਿਓ ਕਿ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਣਾ ਚਾਹੀਦਾ ਸਤ ਸੰਗ ਕਰਨਾ ਚਾਹੀਦਾ ਇਹਦਾ ਲਾਭ ਹੀ ਲਾਭ ਹੈ ਇਹਦਾ ਨਹੀਂ ਨੁਕਸਾਨ ਹੈਗਾ ਜੀ ਹੋਰ ਕੰਮਾਂ ਦੇ ਨੁਕਸਾਨ ਹੋ ਸਕਦੇ ਇਹਦਾ ਨਹੀਂ ਨੁਕਸਾਨ ਹੈਗਾ ਜੀ ਕੋਈ ਨਹੀਂ ਰਾਜਾ ਮਹਾਰਾਜ ਗਰੀਬ ਨਵਾਜ ਜੀ ਨੂੰ ਕਹਿੰਦਾ ਮਹਾਰਾਜ ਮੈਨੂੰ ਸਿੱਖ ਬਣਾ ਲਓ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਚਰਨਾਂ ਦਾ ਜਲ ਚਰਨਾ ਅਮ੍ਰਿਤ ਰਾਜੇ ਨੂੰ ਵੀ ਸ਼ਕਾਇਆ ਉਹਦੀਆਂ ਰਾਣੀਆਂ ਨੂੰ ਵੀ ਸ਼ਕਾਇਆ ਜੀ ਸਮੇਤ ਪਰਿਵਾਰ ਰਾਜਾ ਸਮੇਤ ਪਰਜਾ ਵਜ਼ੀਰਾਂ ਦੇ ਗੁਰੂ ਜੀ ਦਾ ਸਿੱਖ ਬਣ ਗਿਆ ਜੀ ਵੇਖੋ ਪਹਿਲਾ ਜੀਵਨ ਕੀ ਸੀ ਸਾਲਗ੍ਰਾਮ ਨੂੰ ਪੂਜਣ ਵਾਲਾ ਸੀ ਵਰਤ ਰੱਖਦਾ ਸੀਗਾ ਉਸ ਧਰਮ ਵਿੱਚ ਰਹਿੰਦਾ ਸੀਗਾ ਪੜ ਵਾਹਿਗੁਰੂ ਪਰ ਬਾਅਦ ਵਿੱਚ ਸਤਿਗੁਰੂ ਜੀ ਦੀ ਬਾਣੀ ਪੜਨ ਲੱਗ ਪਿਆ ਜੀ ਰਾਜੇ ਦੇ ਜੀਵਨ 'ਚ ਕੀ ਤਬਦੀਲੀ ਆਈ ਜੀ ਇਹ ਅੱਜ ਦੀ ਕਥਾ ਦੇ ਵਿੱਚ ਆਪਾਂ ਸਾਰਿਆਂ ਸੰਗਤਾਂ ਸਰਵਣ ਕਰਾਂਗੇ ਮਹਾਰਾਜ ਰਾਜੇ ਨੂੰ ਕਹਿਣ ਲੱਗੇ ਰਾਜਨ ਭਾਈ ਕਲਿਆਣਾ ਜੀ ਨੂੰ ਆਪਣੇ ਨਗਰ ਲੈ ਜਾ ਮੰਡੀ ਲੈ ਜਾ ਇਹਨਾਂ ਦੀ ਬਦੌਲਤ ਤੂੰ ਇੱਥੇ ਪਹੁੰਚਿਆ ਹੈ ਇਹਨਾਂ ਦੀ ਗੁਰੂ ਜਾਣ ਕੇ ਪੂਜਾ ਕਰਨੀ ਹੈ ਇਹ ਤੈਨੂੰ ਬਾਣੀ ਦਾ ਉਪਦੇਸ਼ ਦਿਆ ਕਰਨਗੇ ਰਾਜਾ ਕਹਿਣ ਲੱਗਾ ਮਹਾਰਾਜ ਇਹ ਤੇ ਬਚਨ ਸੱਤ ਹੈ ਭਾਈ ਕਲਿਆਣਾ ਜੀ ਦੀ ਕਿਰਪਾ ਨਾਲ ਹੀ ਮੈਨੂੰ ਤੁਹਾਡੇ ਦਰਸ਼ਨ ਹੋਏ ਹਨ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ ਪਿਆਰ ਨਾਲ ਗੱਦ ਕੇ ਸਾਰੀ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਕੀਤਕ ਦਿਨ ਸਤ ਗੁਰ ਕੇ ਤੀਰ ਕਈ ਦਿਨ ਪਹਿਲਾਂ ਤੇ ਇੱਕ ਦਿਨ ਲਈ ਆਇਆ ਸੀ ਨਾ ਤੇ ਗੁਰੂ ਸਾਹਿਬ ਨੇ ਰਾਜਨ ਨੂੰ ਕਿਹਾ ਸੀ ਤਿੰਨ ਦਿਨ ਰਹਿ ਤੈਨੂੰ ਸਭ ਕੁਝ ਵਿਖਾ ਦੇਾਂਗੇ ਉਹਦੇ ਤੋਂ ਬਾਅਦ ਕਈ ਦਿਨ ਰਾਜਾ ਫਿਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਿਹਾ ਜੀ ਹਾਂਜੀ ਰਹਿਤ ਭਇਓ ਭੂਪਤ ਮਤ ਧੀਰ ਬੜਾ ਸਿਆਣਾ ਸਿਆਣੀ ਮਤ ਵਾਲਾ ਜਿਹੜਾ ਰਾਜਾ ਹੈ ਬੜੇ ਪਿਆਰ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਰਿਹਾ ਜੀ ਫਿਰ ਹਾਂਜੀ ਬਹੁਤ ਭਾਤ ਕੇ ਸੁਣ ਉਪਦੇਸ਼ ਹੁਣ ਸੰਗਤ ਵਿੱਚ ਰੋਜ ਆਉਣਾ ਕਥਾ ਸੁਣਨੀ ਕੀਰਤਨ ਸੁਣਨਾ ਰਾਜੇ ਨੇ ਮਹਾਰਾਜ ਜੀ ਦਾ ਉਪਦੇਸ਼ ਸੁਣਨਾ ਨਹੀਂ ਰੋਜ਼ ਦੀ ਹਾਂਜੀ ਪ੍ਰਭ ਕਾ ਸਿਮਰਨ ਕਰੇ ਹਮੇਸ਼ ਗੱਦ ਕੇ ਆਖੋ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਕਰਦਿਆਂ ਕਰਦਿਆਂ ਰਾਜੇ ਦਿਆ ਫਿਰ ਸੁਰਤ ਜੁੜਨ ਲੱਗ ਪਈ ਉਪਦੇਸ਼ ਸੁਣਦਿਆਂ ਸੁਣਦਿਆਂ ਇਹਦਾ ਮਨ ਸਿਮਰਨ ਕਰਨ ਨੂੰ ਲੱਗ ਪਿਆ ਜੀ ਫਿਰ ਕੀ ਸੀ ਜਿਹੜਾ ਰਾਜਾ ਪੂਰਾ ਸਮਾਂ ਇਕਾਂਤ 'ਚ ਨਹੀਂ ਸੀ ਨਾ ਬੈੰਦਾ ਹੁੰਦਾ ਉਹ ਰਾਜਾ ਕੁਝ ਸਮਾਂ ਇਕਾਂਤ 'ਚ ਬੈਠ ਕੇ ਤੇ ਸਿਮਰਨ ਕਰਨ ਲੱਗ ਪਿਆ ਜੀ ਸਿਮਰਨ ਕਰਨ ਲੱਗ ਪਿਆ ਸੰਗਤ ਵਿੱਚ ਬੈਠ ਕੇ ਜਦੋਂ ਵਾਹਿਗੁਰੂ ਮੰਤਰ ਦੀ ਮਹਿਮਾ ਸੁਣਨੀ ਨਾ ਤੇ ਰਾਜਾ ਵੀ ਫਿਰ ਬੈਠ ਕੇ ਵਾਹਿਗੁਰੂ 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 ਸਿਮਰਨ ਕਰਨ ਲੱਗ ਪਿਆ ਜੀ ਹਾਂ ਜੀ ਅੰਮ੍ਰਿਤ ਸਰ ਕਰਬੇ ਅਬੇ ਲਖਾ ਨਿਤ ਪ੍ਰਤ ਤਰਹੇ ਪਿਤਾ ਜਿਮ ਭਾਖਾ ਉਦੋਂ ਸੱਜੇ ਪਾਤਸ਼ਾਹ ਮਹਾਰਾਜ ਅੰਮ੍ਰਿਤ ਸਰ ਸਰੋਵਰ ਬਣਾਉਣ ਦਾ ਵੱਡਾ ਉਦਮ ਕਰਨਾ ਚਾਹੁੰਦੇ ਆ ਸਰੋਵਰ ਤੇ ਅੱਗੇ ਵੀ ਸੀ ਪਰ ਉਹ ਸੰਖੇਪ ਰੂਪ ਵਿੱਚ ਸੀਗਾ ਜੀ ਮਹਾਰਾਜ ਉਦਮ ਕਰਨਾ ਚਾਹੁੰਦੇ ਆ ਜਿਵੇਂ ਗੁਰੂ ਰਾਮਦਾਸ ਜੀ ਨੇ ਹੁਕਮ ਲਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਹੁ ਦਿਨ ਰਹੇ ਨ੍ਰਿਪ ਰੁਖ ਸਦ ਚਹ ਹੁਣ ਰਾਜਾ ਆਪਣੇ ਦੇਸ਼ ਵਿੱਚ ਜਾਣਾ ਚਾਹੁੰਦਾ ਜੀ ਬੜੇ ਦਿਨ ਹੋ ਗਏ ਜੀ ਉਹਨੂੰ ਤੱਤ ਵਸਤੂ ਮਿਲ ਗਈ ਗੁਰੂ ਘਰੋਂ ਹਾਂਜੀ ਹਾਥ ਜੋਰ ਸਤ ਗੁਰ ਸੋਂ ਕਹ ਰਾਜਾ ਹੱਥ ਜੋੜ ਕੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੂੰ ਕਹਿਣ ਲੱਗਾ ਜੀ ਵੇਖੋ ਬੜਾ ਭਲਾ ਕੀਤਾ ਮਹਾਰਾਜ ਨੇ ਇਸ ਰਾਜੇ ਦਾ ਜੀ ਮੋਹੇ ਦਰਬਲੈ ਕਰ ਨਿਜ ਹਾਥ ਕਰ ਹੋ ਸਕਾਰਥ ਸ੍ਰੀ ਗੁਰ ਨਾਥ ਗਰੀਬ ਨਵਾਜ ਸੱਚੇ ਪਾਤਸ਼ਾਹ ਮੇਰੀ ਇੱਛਾ ਹੈ ਮੈਂ ਤੁਹਾਨੂੰ ਮਾਇਆ ਭੇਟਾ ਕਰਾਂ ਗੱਜ ਕੇ ਆਖੋ ਵਾਹਿਗੁਰੂ ਹੁਣ ਵੇਖ ਲਓ ਗੁਰੂ ਸਾਹਿਬ ਨੇ ਤਰੀਣਾ ਉਹਨੂੰ ਕਿਹਾ ਜੀ ਸੰਗਤ ਵਿੱਚ ਰਹਿੰਦਿਆਂ ਰਹਿੰਦਿਆਂ ਬੰਦੇ ਦਾ ਆਪੇ ਹੀ ਮਨ ਬਣਾਉਂਦਾ ਜੀ ਮਹਾਰਾਜ ਮੇਰੀ ਇੱਛਾ ਹੈ ਮੈਂ ਆਪ ਜੀ ਨੂੰ ਆਪਣੇ ਹੱਥਾਂ ਨਾਲ ਮਾਇਆ ਦੇਣੀ ਚਾਹੁੰਦਾ ਕੋ ਸੁੰਦਰ ਥਲ ਕੋ ਅਵਲੋਕ ਰਚ ਹੋ ਤਾਲ ਨਿਰਮਲ ਜਲ ਰੋਕ ਕਮਾਲ ਦੀ ਗੱਲ ਇਹ ਹੈ ਰਾਜੇ ਨੇ ਕਿਸੇ ਕੋਲੋਂ ਨਹੀਂ ਸੁਣਿਆ ਪਰ ਰਾਜਾ ਮਹਾਰਾਜ ਨੂੰ ਆਪ ਹੀ ਕਹਿਣ ਲੱਗਾ ਸੱਚੇ ਪਾਤਸ਼ਾਹ ਵਧੀਆ ਜਗ੍ਹਾ ਵੇਖ ਕੇ ਵੱਡਾ ਸਰੋਵਰ ਬਣਾਓ ਮਹਾਰਾਜ ਆਪੇ ਹੀ ਕਹਿਣ ਲੱਗ ਪਿਆ ਜੀ ਨਾ ਇਹ ਗੱਲ ਭਾਈ ਕਲਿਆਣਾ ਜੀ ਨੇ ਉਹਨਾਂ ਨੂੰ ਕਹੀ ਜੀ ਹਾਂ ਜੀ ਮੋਹੇ ਭਾਵਨ ਐਸੇ ਅਹ ਮੇਰੀ ਇਹ ਭਾਵਨਾ ਵੀ ਗੁਰੂ ਘਰ ਵਿੱਚ ਬੜਾ ਵੱਡਾ ਤਾਲ ਬਣੇ ਸਰੋਵਰ ਬਣੇ ਹਾਂਜੀ ਰਾਵਰ ਕੀ ਮਰਜ਼ੀ ਹਮ ਚਾਹੇ ਬਾਕੀ ਮੈਂ ਤੇ ਆਪ ਜੀ ਦੀ ਮਰਜ਼ੀ ਚਾਹੁੰਦਾ ਤੁਹਾਡਾ ਹੁਕਮ ਚਾਹੁੰਦਾ ਸੱਚੇ ਪਾਤਸ਼ਾਹ ਕਿਉਂ ਰਾਜਾ ਸੀ ਉਹਦੇ ਕੋਈ ਇੰਨੀ ਮਾਇਆ ਉਹ ਕੱਲਾ ਹੀ ਇਹ ਕੰਮ ਕਰਾ ਸਕਦਾ ਜੀ ਹਾਂਜੀ ਸੁਨਿ ਸ਼ਿਰੀ ਅਰਜਨ ਤਹਿ ਕਹਿ ਤਿਸ ਬੇਰਾ ਅਗੋਂ ਹੁਣ ਗੁਰੂ ਅਰਜਨ ਸਾਹਿਬ ਬਚਨ ਕਰਨ ਲੱਗੇ ਸਾਵਧਾਨ ਹੋ ਕੇ ਸੁਣਿਓ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜੋਂ ਨੂੰ ਅੱਗੋਂ ਇਹ ਗੱਲ ਕਹਿਣ ਲੱਗੇ ਜੀ ਹਾਂਜੀ ਈਮਾ sire nanak tov man pheraa ਮਹਾਰਾਜ ਕਹਿਣ ਲੱਗੇ ਰਾਜਨ ਇਹ ਤੇਰਾ ਮਨ ਗੁਰੂ ਨਾਨਕ ਸਾਹਿਬ ਨੇ ਹੀ ਫੇਰਿਆ ਭਾਵ ਤੇਰੇ ਮਨ ਵਿੱਚ ਇਹ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਪਾ ਦਿੱਤੀ ਹੈ ਚੇਤਾ ਰੱਖਿਓ ਚੰਗੀ ਗੱਲ ਹਿਰਦੇ ਵਿੱਚ ਆਵੇ ਬੰਦਾ ਆਪਣੇ ਕਰਮ ਵੇਖੇ ਅਹੀਂ ਚੰਗਾ ਕਿਥੋਂ ਸੋਚਣ ਵਾਲੇ ਆ ਇਹ ਗੁਰੂ ਸਾਹਿਬ ਹੀ ਕੰਮ ਕਰਾਉਂਦੇ ਆ ਹਾਂਜੀ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਤੇਰਾ ਮਨ ਫੇਰਿਆ ਤੇਰੇ ਮਨ ਵਿੱਚ ਇਹ ਗੱਲ ਪਾਈ ਹੈ ਹਾਂਜੀ ਸ੍ਰੀ ਅਮਰਤ ਸਰ ਤੀਰਥ ਭਾਰੀ ਤੇਸ ਕਰ ਬੇ ਕੋ ਇਹੋ ਹ ਇਛ ਹਮਾਰੀ ਹੁਣ ਮਹਾਰਾਜ ਕਹਿਣ ਲੱਗੇ ਕਹਿੰਦੇ ਫਿਰ ਸੁਣੋ ਸਾਡੀ ਪਹਿਲਾਂ ਹੀ ਇੱਛਾ ਹੈ ਅਸੀਂ ਅੰਮ੍ਰਿਤਸਰ ਬਣਾਉਣਾ ਹੈ ਦਾਸ ਨੇ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਆਪਾ ਜਿਹਨੂੰ ਅੰਮ੍ਰਿਤਸਰ ਸ਼ਹਿਰ ਦਾ ਨਾਮ ਹੈ ਨਾ ਇਹ ਸਾਡੇ ਸ਼ਹਿਰ ਦਾ ਨਾਮ ਜਿਹੜਾ ਹੈ ਸਰੋਵਰ ਦੇ ਨਾਮ ਤੇ ਪਿਆ ਹੈ ਸਰ ਮਤਲਬ ਹੁੰਦਾ ਸਰੋਵਰ ਅੰਮ੍ਰਿਤ ਦਾ ਮਤਲਬ ਤੁਹਾਨੂੰ ਪਤਾ ਅੰਮ੍ਰਿਤ ਦਾ ਸਰੋਵਰ ਉਹ ਹੈ ਹਰਮੰਦਰ ਸਾਹਿਬ ਤੇ ਪਿਆਰਿਓ ਉਸ ਅੰਮ੍ਰਿਤ ਦੇ ਸਰੋਵਰ ਉੱਤੇ ਪੂਰੇ ਸ਼ਹਿਰ ਦਾ ਨਾਮ ਪਿਆ ਹੋਇਆ ਹੈ ਅੰਮ੍ਰਿਤਸਰ ਸਿਫਤੀ ਦਾ ਘਰ ਮਾਰ ਕੇ ਲੱਗੇ ਸਾਡਾ ਤੇ ਪਹਿਲਾਂ ਹੀ ਫੁਰਨਾ ਹੈ ਅੰਮ੍ਰਿਤਸਰ ਬਣਾਉਣ ਦਾ ਅੰਮ੍ਰਿਤ ਸਰੋਵਰ ਬਣਾਉਣ ਦਾ ਹਾਂਜੀ ਜੇਤਕ ਦਰਬ ਪਟਹੇ ਗੋਇਆ ਹਾਂ ਤੇਹ ਸਰ ਪਰ ਹਮ ਲਾਵਹਿ ਮਹਾਂ ਮਹਾਰਾਜ ਕਹਿਣ ਲੱਗੇ ਰਾਜਨ ਤੂੰ ਜਿੰਨੀ ਮਾਇਆ ਭੇਜੇਗਾ ਉਹ ਸਾਰੀ ਦੀ ਸਾਰੀ ਮਾਇਆ ਅਸੀਂ ਅੰਮ੍ਰਿਤ ਸਰ ਦੇ ਉੱਤੇ ਲਾਉਣੀ ਹੈ ਭਾਵ ਸਰੋਵਰ ਉੱਤੇ ਲਾਉਣੀ ਹੈ ਸਰੋਵਰ ਖੁਦ ਬਵਾਉਣੇ ਉਹ ਵੀ ਉਹਨਾਂ ਸਮਿਆਂ ਵਿੱਚ ਸੌਖਾ ਕੰਮ ਨਹੀਂ ਸੀਗਾ ਜੀ ਆ ਤੁਸੀਂ ਥੋੜਾ ਜਿਹਾ ਇਹ ਰਿਹਾ ਮਲੋ 50 ਗੱਜ ਜਗਾ ਲੈ ਲਓ ਉਹਨੂੰ ਪੁੱਟਣਾ ਪੁੱਟਣਾ ਸ਼ੁਰੂ ਕਰ ਦੋ ਕਈਆਂ ਦੇ ਨਾਲ ਦੀ ਹਾਂਜੀ ਉਹ ਬੜਾ ਔਖਾ ਕੰਮ ਹੈਗਾ ਜੀ ਡੂੰਗਾ ਕਰਨਾ ਉਹਨੂੰ ਜੀ ਉਹ ਤਾਂ ਕਿੱਡਾ ਵੱਡਾ ਘੇਰਾ ਦੀ ਸਰੋਵਰ ਦਾ ਹੁਣ ਤਾਂ ਜੀਸੀਬੀ ਲੱਗਦੀ ਆ ਛਿੱਤ ਛਿੱਤੀ ਪੁੱਟੀ ਜਾਂਦੀ ਹੈ ਤਾਂ ਪਹਿਲਾਂ ਨਹੀਂ ਸੀ ਐਸਾ ਹੁੰਦਾ ਜੀ ਬੜਾ ਵੱਡਾ ਕੰਮ ਤੇ ਬਹੁਤ ਸਾਰੇ ਮਿਹਨਤੀ ਮਜ਼ਦੂਰ ਚਾਹੀਦੇ ਆ ਮਹਾਰਾਜ ਕਹਿਣ ਲੱਗੇ ਜਿੰਨੀ ਤੂੰ ਮਾਇਆ ਭੇਜੇਗਾ ਸਾਰੀ ਇਸੇ ਕਾਰਜ ਦੇ ਵਿੱਚ ਲੱਗੇਗੀ ਦਰਬ ਸਕਾਰਤ ਹੋਏ ਤੁਮਾਰਾ ਵਾ ਵਾ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਕਹਿਣ ਲੱਗੇ ਰਾਜਨ ਤੇਰੀ ਮਾਇਆ ਸਫਲੀ ਹੋ ਜਾਏਗੀ ਵੇਖੋ ਕਿਰਦਾ ਭਾਗਾ ਵਾਲਾ ਰਾਜਾ ਦੀ ਹਰਿਮੰਦਰ ਸਾਹਿਬ ਬਣ ਰਿਹਾ ਜਿਹਦੇ ਦਰਸ਼ਨ ਕਰਕੇ ਹੀ ਅਹੀਂ ਭਾਗਾ ਵਾਲਾ ਆਪਣੇ ਆਪ ਨੂੰ ਸਮਝਦੇ ਆਂ ਲੋਕਨ ਪਰ ਆਤਸ਼ੇ ਉਪਕਾਰਾ ਮਹਾਰਾਜ ਕਹਿਣ ਲੱਗੇ ਜਿੱਥੇ ਤੇਰੀ ਤੇਰੀ ਮਾਇਆ ਸਫਲੀ ਹੋਣੀ ਹੈ ਉਥੇ ਤੇਰਾ ਬੜਾ ਵੱਡਾ ਉਪਕਾਰ ਹੋਏਗਾ ਜੀਵਾਂ ਦੇ ਉੱਤੇ ਹਾਂਜੀ ਔਰ ਆਨੰਦ ਭਾ ਸੁਨ ਕਰ ਬੈਨ ਰਾਜਨ ਭਾਵ ਰਾਜੇ ਨੇ ਇਹ ਗੱਲ ਸੁਣੀ ਰਾਜਾ ਆਨੰਦ ਵਿੱਚ ਹੋ ਗਿਆ ਜੀ ਹਾਂਜੀ ਬਿਰਹੋ ਤੇ ਭਰਿਓ ਨੀਰ ਬਹੁ ਨੈਨ ਤੇ ਆਨੰਦ ਝੋਕੇ ਨਾ ਰਾਜਾ ਬੈਰਾਗੀ ਵੀ ਹੋ ਗਿਆ ਜੀ ਰਾਜਾ ਰੋਣ ਲੱਗ ਪਿਆ ਜੀ ਉਹਦੇ ਅੱਖਾਂ ਚੋਂ ਜਲ ਵਹਿਣ ਲੱਗ ਪਿਆ ਜੀ ਕਿਉਂ ਕਹਿੰਦਾ ਮਹਾਰਾਜ ਮੈਂ ਕਿੱਥੋਂ ਇੰਨਾ ਜੋਗਾ ਹੈਗਾ ਇਹ ਮਹਾਰਾਜ ਤੁਸੀਂ ਸੇਵਾ ਲੈ ਰਹੇ ਹੋ ਤੇ ਰਾਜੇ ਦਾ ਨਾ ਗੁਰੂ ਅਰਜਨ ਦੇਵ ਮਹਾਰਾਜ ਨਾਲ ਪਿਆਰ ਬੜਾ ਪੈ ਗਿਆ ਜੀ। ਉਹਨੂੰ ਤੇ ਆਪਣੇ ਰਾਜ ਦੀ ਜ਼ਿੰਮੇਵਾਰੀ ਕਰਕੇ ਜਾਣਾ ਪੈ ਰਿਹਾ ਹੈ। ਹੁਣ ਰਾਜੇ ਨੂੰ ਵਿਛੜਨਾ ਪੈਣਾ ਹੈ ਨਾ ਤੇ ਵਿਛੋੜੇ ਦੇ ਕਰਕੇ ਰਾਜੇ ਦੇ ਨੇਤਰਾਂ 'ਚ ਜਲ ਆ ਗਿਆ ਜੀ। ਕਿੰਨੇ ਮਿੱਠੇ ਬੋਲ ਹੋਣਗੇ ਗੁਰੂ ਅਰਜਨ ਸਾਹਿਬ ਜੀ ਦੇ। ਕਿੰਨੀ ਵਧੀਆ ਸ਼ਖਸੀਅਤ ਹੋਏਗੀ ਮਹਾਰਾਜ ਜੀ ਦੀ। ਗੁਰੂ ਸਾਹਿਬ ਤੋਂ ਵਿਛੜਨਾਂ ਦੇ ਮੌਕੇ ਦਾ ਰਾਜਾ ਰੋ ਰਿਹਾ ਜੀ ਹਾਂ ਜੀ ਮस्तक ਟੇਕ ਵਿਦਾ ਹੋਏ ਗयो ਉਹਨੇ ਮੱਥਾ ਟੇਕਿਆ ਕੁਝ ਨਹੀਂ ਬੋਲ ਸਕਿਆ ਚਲੇ ਗਿਆ ਜੀ ਹਾਂ ਜੀ ਆਪਣੇ ਸੰਗ ਕਲਿਆਣ ਸੋ ਲਿਓ ਭਾਈ ਕਲਿਆਣਾ ਜੀ ਨੂੰ ਨਾਲ ਹੀ ਲੈ ਗਏ ਜੀ ਕਿਉਂਕਿ ਮਹਾਰਾਜ ਨੇ ਕਿਹਾ ਸੀ ਇਹ ਇਸ ਦੇਸ਼ ਦਾ ਮੁਖੀ ਹੋਏਗਾ ਤੇਰੇ ਇਲਾਕੇ ਦਾ ਮੁਖੀ ਹੋਏਗਾ ਨਿਜ ਰਾਜ ਧਾਨੀ ਪ੍ਰਾਪਤ ਹੋਵਾ ਹਾਂਜੀ ਰਾਜ ਸ਼੍ਰੇਯ ਜੁਤ ਸਗਰੋ ਜੋਵਾ ਉਂਗਲ ਰੱਖੋ ਫਿਰ ਪੜੋ ਨਿਜ ਰਾਜ ਧਾਨੀ ਪ੍ਰਾਪਤ ਹੋਵਾ ਆਪਣੀ ਰਾਜ ਧਾਨੀ ਜਿੱਥੇ ਰਹਿੰਦਾ ਸੀਗਾ ਰਾਜਾ ਫਿਰ ਉੱਥੇ ਚਲੇ ਗਿਆ ਰਾਜ ਸ਼੍ਰੇਯ ਜੁਤ ਸਗਰੋ ਜੋਵਾ ਸਾਰਾ ਰਾਜ ਦਾ ਸੁੱਖ ਵੇਖਿਆ ਇਹਨੇ ਦੀ ਫਿਰ ਉਸ ਦਿਨ ਤੋਂ ਰਾਜੇ ਦੀ ਜ਼ਿੰਦਗੀ 'ਚ ਦੁੱਖ ਨਹੀਂ ਕੋਈ ਰਿਆ ਜੀ ਗੱਜ ਕੇ ਆਖੋ ਵਾਹਿਗੁਰੂ ਗੁਰੂ ਸਾਹਿਬ ਨੇ ਕਿਰਪਾਈ ਐਸੀ ਵਰਤਾ ਦਿੱਤੀ ਦੀ ਇਹਦੇ ਤੇ ਕੋ ਦਿੰਦ ਢਿਗ ਰੱਖਿਓ ਕਲਿਆਣਾ ਹਾਂ ਹਾਂਜੀ ਪੁਨ ਥਾਤੀ ਦੇ ਦਰਬ ਮਹਾਨਾ ਕੁਝ ਦਿਨ ਤੇ ਰਾਜੇ ਨੇ ਭਾਈ ਕਲਿਆਣਾ ਜੀ ਨੂੰ ਰੱਖਿਆ ਫਿਰ ਖੁੱਲੀ ਮਾਇਆ ਪੇਜੀ ਦੀ ਉਹਨੇ ਦੀ ਸਭ ਤੋਂ ਪਹਿਲੀ ਗ੍ਰਾਈ ਚ ਵੇਖੋ ਕਿੱਡੇ ਭਾਗਾ ਵਾਲਾ ਜੀ ਉਹ ਰਾਜਾ ਹਾਂਜੀ ਨੇਜਨ ਰਸੰਗ ਮਿਲਾਏ ਪੁਚਾਇਓ ਹਾਂਜੀ ਸ਼੍ਰੀ ਅਰਜਨ ਕੇ ਟਿਗ ਚਲ ਆਇਓ ਤੇ ਇੱਕ ਮਨੁੱਖ ਨਾਲ ਹੋਰ ਭੇਜਿਆ ਖੁੱਲੀ ਮਾਇਆ ਦਿੱਤੀ ਉਹ ਮਾਇਆ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਈ ਸੀ ਪੇਟਾ ਹਾਂਜੀ ਆਇਓ ਦਰਬ ਦੇਖ ਨਿਜ ਪਾਸ ਹਾਂਜੀ ਚਾਹਤ ਸਰ ਕੋ ਕਰਿਓ ਪ੍ਰਕਾਸ਼ ਗੁਰੂ ਸਾਹਿਬ ਨੇ ਉਹਦੀ ਮਾਇਆ ਪ੍ਰਵਾਨ ਕਰ ਲਈ ਜੀ ਉਹ احسان ਨਹੀਂ ਸੀ ਕਰ ਰਿਆ ਉਹਦੀ ਸ਼ਰਦਾ ਬਣ ਗਈ ਸੀ ਇੱਕ ਵਾਰੀ ਵੀ ਮਹਾਰਾਜ ਨੇ ਨਹੀਂ ਉਸ ਕੋ ਮਾਇਆ ਮੰਗੀ ਉਹ ਆਪੇ ਹੀ ਦੇ ਰਿਆ ਮਹਾਰਾਜ ਨੇ ਜਦੋਂ ਮਾਇਆ ਆ ਗਈ ਸਤਗੁਰੂ ਜੀ ਨੇ ਫਿਰ ਸਰੋਵਰ ਬਣਾਉਣ ਦਾ ਕਾਰਜ ਆਰੰਭ ਕਰਨਾ ਜੀ ਬੂਜ ਬ੍ਰਿਧ ਭਾਈ ਗੁਰਦਾਸ ਪਿਖ ਹੋ ਸਥਾਨ ਕਰ ਹੋ ਨਿਰਜਾਸ ਸਤੇ ਪਾਤਸ਼ਾਹ ਗਰੀਬ ਨਵਾਜ਼ ਬਾਬਾ ਬੁੱਢਾ ਸਾਹਿਬ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਕਹਿਣ ਲੱਗੇ ਫਿਰ ਉਹ ਹੁਣ ਥਾਂ ਦੱਸੋ ਜਿੱਥੇ ਸਾਡੇ ਪਿਤਾ ਜੀ ਨੇ ਕਾਰਜ ਆਰੰਭਿਆ ਸੀਗਾ ਕਹਿਣ ਲੱਗੇ ਉਹ ਵਿੱਚੇ ਹੀ ਰਹਿ ਗਿਆ ਸੀ ਨਾ ਉਵੇਂ ਹੀ ਸਾਰਾ ਕੁਝ ਹਾਂਜੀ ਉਦਮ ਤੀਰਥ ਰਚ ਬੇ ਕਰਿਓ ਜਿਸ ਤੇ ਸਿੱਖਨ ਕੋ ਗਨ ਤਰਿਓ ਹੁਣ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਕੱਲਾ ਸਿੱਖਾਂ ਦਾ ਨਹੀਂ ਇਸ ਸੰਸਾਰ ਚ ਜਿੰਨੇ ਜੀਵ ਨੇ ਉਹਨਾਂ ਸਾਰਿਆਂ ਦੇ ਭਲੇ ਵਾਸਤੇ ਤੀਰਥ ਬਣਾਉਣ ਦਾ ਕਾਰਜ ਆਰੰਭ ਕੀਤਾ ਗਤਿ ਕੇ ਆਖੋ ਵਾਹਿਗੁਰੂ তীর্থ ਬਣਾਉਣ ਦਾ ਕਾਰਜ ਮੇਰੇ ਗੁਰੂ ਸਾਹਿਬ ਨੇ ਆਰੰਭ ਕੀਤਾ ਪਿਆਰਿਓ ਹਰਮੰਦਰ ਸਾਹਿਬ ਆਰੰਭ ਹੋ ਰਿਹਾ ਇੱਥੇ ਚੀਨੀ ਆਵੇ ਇੱਥੇ ਅਮਰੀਕਨ ਆਵੇ ਇੱਥੇ ਕੈਨੇਡੀਅਨ ਆਵੇ ਗੁਰੂ ਰਾਮਦਾਸ ਜੀ ਨੇ ਦਰ ਦੇ ਗੁਰੂ ਰਾਮਦਾਸ ਜੀ ਦੇ ਦਰ ਨੇ ਸਾਰਿਆਂ ਦਾ ਹੀ ਭਲਾ ਕਰਨਾ ਹੈ ਇਹਦੀ ਹਾਂਜੀ ਸੁਨੋ ਕਥਾ ਆਗਲ ਜਿਮ ਭਈ ਹੁਣ ਅੱਗੋਂ ਫਿਰ ਅਗਲੀ ਕਥਾ ਸੁਣੋ ਅਗੋਂ ਕਿਵੇਂ ਖੇਡ ਬਣੀ ਸਾਰੀ ਹਾਂਜੀ ਕਾਵ ਸੰਤੋਖ ਸਿੰਘ ਸੁਭ ਨਿਰਮਈ ਕਵੀ ਸੰਤੋਖ ਸਿੰਘ ਕਹਿੰਦੇ ਆ ਮੈਂ ਤੁਹਾਨੂੰ ਅਗਲੀ ਕਥਾ ਦੱਸਣ ਲੱਗਾ ਅੱਜ ਤੋਂ ਹੁਣ ਜਿਹੜੀ ਤੁਸੀਂ ਕਥਾ ਸੁਣਨੀ ਹੈ ਇਹ ਹਰਮੰਦਰ ਸਾਹਿਬ ਜੀ ਦੇ ਨਿਰਮਾਣ ਦੀ ਕਥਾ ਸੁਣਨੀ ਹੈ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਕੋਈ ਦਸਨਾ ਬੰਦੀ ਨਾ ਰਹੇ ਸਾਰੇ ਆਖੋ ਜੀ ਵਾਹਿਗੁਰੂ ਵਾਹਿਗੁਰੂ ਪਿਆਰਿਓ ਹਰਮੰਦਰ ਸਾਹਿਬ ਦੀ ਸੇਵਾ ਨੇ ਬੜਿਆਂ ਦਾ ਭਲਾ ਕਰਨਾ ਜੀ ਇਸ ਸਮੇਂ ਦੌਰਾਨ ਬਹੁਤ ਕੁਝ ਵਰਤਨਾ ਜੀ ਹੁਣ ਉਹ ਸਾਰੀਆਂ ਜਿਵੇਂ ਜਿਵੇਂ ਸਾਖੀਆਂ ਹੁੰਦੀਆਂ ਉਹ ਤੁਸੀਂ ਸੁਣੋ ਹਾਂਜੀ ਦੋਹਰਾਮ ਸ਼੍ਰੀ ਅਰਜਨ ਜੀ ਗੁਰਪਾਇ ਪਰ ਉਪਕਾਰੀ ਪੀਨ ਕਹਿਣ ਲੱਗੇ ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬੜੇ ਪਰ ਉਪਕਾਰੀ ਨੇ ਪਿਆਰਿਓ ਦਰਬਾਰ ਸਾਹਿਬ ਗੁਰੂ ਸਾਹਿਬ ਆਪਣੇ ਰਹਿਣ ਵਾਸਤੇ ਨਹੀਂ ਬਣਾ ਰਹੇ ਜੀ ਸਾਡੇ ਵਾਸਤੇ ਬਣਾ ਰਹੇ ਹਨ ਮਹਾਰਾਜ ਗੁਰੂ ਅਰਜਨ ਸਾਹਿਬ ਬੜੇ ਹੀ ਪਰਉਪਕਾਰੀ ਨੇ ਹਾਂਜੀ ਕਰ ਹੈ ਉਧਾਰਨ ਅਨਕਹੀ ਦੇ ਉਪਦੇਸ਼ ਪਰਬੀਨ ਉਸ ਤਰ੍ਹਾਂ ਵੀ ਆਪਣਾ ਉਪਦੇਸ਼ ਦੇ ਕੇ ਸਤਿਗੁਰੂ ਜੀ अनेका ਦਾ ਉਧਾਰ ਕਰ ਦਿੰਦੇ ਬੜਿਆਂ ਦਾ ਭਲਾ ਕਰਦੇ ਆ ਮਹਾਰਾਜ ਹਾਂਜੀ ਚਉਪਈ ਬਚਨ ਪਿਤਾ ਕੇ ਸਿਮਰਨ ਕਰੇ ਹਰ ਸਮੇਂ ਤਨ ਗੁਰੂ ਅਰਜਨ ਸਾਹਿਬ ਜੀ ਗੁਰੂ ਰਾਮਦਾਸ ਜੀ ਦੇ ਬਚਨ ਨੂੰ ਚੇਤੇ ਕਰਦੇ ਹਨ ਸਾਨੂੰ ਮਹਾਰਾਜ ਨੇ ਕਿਹੜਾ ਬਚਨ ਕਿਹਾ ਸੀਗਾ ਹਾਂਜੀ ਤੀਰਥ ਸਿਰਜਨ ਇੱਛਾ ਧਰੇ ਤੀਰਥ ਨੂੰ ਰਚਣ ਦੀ ਹੁਣ ਇੱਛਾ ਪੂਰੀ ਮਹਾਰਾਜ ਨੇ ਪ੍ਰਭਲ ਕਰ ਲਈ ਜੀ ਹਾਂਜੀ ਗਾਰੇਉ ਪ੍ਰਥਮ ਬੀਤਿਓ ਚਿਰ ਕਾਲ ਹਾਂਜੀ ਪੁੰਨ 71 ਹੋਏ ਨੀਰ ਬੈਸਾਲ ਹੁਣ ਸਮਾ ਕੇ ਕਾਫੀ ਪੈ ਗਿਆ ਸੀ ਕਹਿੰਦੇ ਕਰਿਓ ਪ੍ਰਥਮ ਬਿੱਤਿਓ ਚਿਰ ਕਾਲ ਪੁਨ ਇਕਸਤਰ ਹੋਇ ਨੀਰ ਵਿਸਾਲ ਉਥੇ ਪਾਣੀ ਇਕੱਠਾ ਹੋ ਗਿਆ ਸੀਗਾ ਕਾਫੀ ਜੀ ਹਾਂਜੀ ਮਿੱਤਰ ਕਾ ਸੰਗ ਸੋ ਪੂਜਿਓ ਗਯੋ ਪਰ ਫਿਰ ਪੜੋ ਮਿੱਤਰ ਕਾ ਸੰਗ ਸੋ ਪੂਜਿਓ ਗਯੋ ਮਿੱਤਰ ਕਾ ਸੰਗ ਸੋ ਪੂਰਿਓ ਗਯੋ ਮਹਾਰਾਜ ਗੁਰੂ ਰਾਮਦਾਸ ਜੀ ਨੇ ਪਹਿਲਾ ਸਰੋਵਰ ਜਿਹੜਾ ਬਣਾਇਆ ਸੀ ਨਾ ਜਾਲ ਉਥੇ ਇਕੱਠਾ ਹੋ ਗਿਆ ਸੀ ਪਰ ਸਮੇਂ ਦੇ ਨਾਲ ਮਿੱਟੀ ਉਹਦੇ ਵਿੱਚ ਪਈ ਗਈ ਪਈ ਗਈ ਤੇ ਮ੍ਰਿਤਕਾਂ ਸੰਗ ਸੋ ਪੂਰਿਓ ਗਿਓ ਉਹ ਮਿੱਟੀ ਦੇ ਨਾਲ ਥਾਂ ਪੂਰੀ ਗਈ ਸੀ ਜੀ ਹੁਣ ਕੋਈ ਪਛਾਣ ਨਹੀਂ ਸੀਗੀ ਵੀ ਉਹ ਕਿਹੜੀ ਜਗ੍ਹਾ ਹੈ ਜਿੱਥੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਸਰੋਵਰ ਆਰੰਭ ਕਰਾਇਆ ਸੀਗਾ ਜੀ ਹਾਂਜੀ ਖਨਨ ਚੈਨ ਸਭ ਮਿਟ ਤੋ ਭਇਓ ਉਹ ਇਸ ਤਰੀਕੇ ਦੀ ਖੇਡ ਬਣ ਗਈ ਕਿ ਉਹ ਜਿੰਨੀ ਖਦਾਈ ਹੋਈ ਸੀ ਨਾ ਉਹ ਸਾਰੇ ਚੈਨ ਹੀ ਮਿਟ ਗਏ ਦੀ ਉਥੋਂ ਦੀ ਕੋਈ ਖਾਸ ਨਿਸ਼ਾਨ ਨਹੀਂ ਰਿਹਾ ਜੀ ਹਾਂਜੀ ਤੋਵਾ ਹੁ ਤੋ ਅਲਪ ਹੀ ਕਰਿਓ ਤੋਵਾ ਹੁ ਤੋ ਅਲਪ ਹੀ ਕਰਿਓ ਕਹਿੰਦਿਆ ਥੋੜਾ ਜ੍ਹਾ ਟੋਇਆ ਜ੍ਹਾ ਸੀਗਾ ਬਸ ਪਰ ਗੁਰੂ ਰਾਮਦਾਸ ਜੀ ਕੋਲੋਂ ਗੁਰੂ ਅਮਰਦਾਸ ਜੀ ਨੇ ਨਿਸ਼ਾਨ ਲਗਵਾਏ ਸਨ ਕਿੰਨਾ ਘੇਰਾ ਰੱਖਣਾ ਹੈ ਸਰੋਵਰ ਦਾ ਕਿੰਨਾ ਵੱਡਾ ਸਰੋਵਰ ਬਣਾਉਣਾ ਉਹ ਸਾਰੇ ਨਿਸ਼ਾਨ ਜਿਹੜੇ ਸਨ ਉਹ ਸਾਦੇ ਮਿੱਟ ਗਏ ਸੀਗੇ ਜੀ ਸਿਰਫ ਛੋਟਾ ਜਿਹਾ ਟੋਇਆ ਰਹਿ ਗਿਆ ਸੀਗਾ ਜੀ ਹਾਂਜੀ ਸਨ ਸਨ ਜਲ ਸਗਲੋ ਭਰਿਓ ਚੌਹ ਦਿਸ਼ ਤੇ ਫਿਰ ਮਿੱਤਰ ਕਾ ਪਰਿ ਹਾਂਜੀ ਜਿਸ ਤੇ ਨਾਹੇ ਚਨਾਰੀ ਕਰੀ ਉਹ ਥੋੜਾ ਜਿਹਾ ਟੋਆ ਪਹਿਲਾਂ ਬਣਿਆ ਸੀਗਾ ਕੁਦਰਤੀ ਉਹਦੇ ਵਿੱਚ ਵੀ ਚਾਰੇ ਪਾਸਿਓਂ ਮਿੱਟੀ ਪੈ ਗਈ ਉਹ ਵੀ ਨਿਸ਼ਾਨ ਖਤਮ ਹੋ ਜਿਓਗੇ ਜੀ ਹਾਂਜੀ ਇੱਤ ਉੱਤ ਫਿਰੇ ਬਰਿੰਦ ਤਰ ਖਰੇ ਹੁਣ ਇਧਰ ਉਧਰ ਮਹਾਰਾਜ ਗਏ ਐ ਪਰ ਉਥੇ ਰੋਖੀ ਰੁਖ ਸੰਸਾਰੇ ਹਾਂਜੀ ਬਦਰੀ ਆਦ ਨਾ ਜਾਣੀਏ ਪਰੇ ਤੇ ਬਦਰੀ ਆਦ ਨਾ ਜਾਣੀਏ ਪਰੇ ਪਤਾ ਨਹੀਂ ਕਿੰਨੇ ਰੁੱਖ ਸਨ ਬੇਰੀਆਂ ਬੜੀਆਂ ਸਨ ਹਾਂਜੀ ਕਿੱਥੇ ਚੱਲੇ ਬਰੇਕ ਬੈਠੋ ਹਾਂ ਬ੍ਰਿਕਸ਼ ਸੰਸਪਾ ਜਾਏ ਸੋਹਿਰਾ ਹੋਰ بڑے ਰੁੱਖ ਸੀਗੇ ਜੀ ਉਹ ਕਿੰਨੇ ਰੁੱਖ ਆਲੇ ਦੁਆਲੇ ਜਿਹੜੇ ਸੀਗੇ ਮਤਲਬ ਉਹ ਥਾਂ ਭਰੀ ਗਈ ਸੀਗੀ ਜੀ ਖਾਰੇ ਪੈ ਸਤ ਗੁਰ ਤੇ ਸਬੇਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਉਥੇ ਜਾ ਕੇ ਖਲੋਤੇ ਪਰ ਖੇੜ ਲੱਭੀ ਨਾ ਕੋਈ ਗੱਜ ਕੇ ਆਖ ਵਾਹਿਗੁਰੂ ਅੱਛਾ ਤੁਸੀਂ ਕਹੋਗੇ ਨਾਲੇ ਗੁਰੂ ਅਰਜਨ ਸਾਹਿਬ ਨੂੰ ਰੱਬ ਕਹਿੰਦੇ ਤੇ ਨਾਲੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਥਾਂ ਬਣਾਉਣੀ ਹੈ ਪਿਆਰਿਓ ਇਹ ਜਗ੍ਹਾ ਨੂੰ ਪ੍ਰਗਟ ਕਰਨਾ ਨਾ ਜਿਹੜਾ ਇਹਦੇ ਵਿੱਚ ਵੀ ਮਹਾਰਾਜ ਨੇ ਰਮਜ ਰੱਖਣੀ ਹੈ ਹੰਦ ਤੀਨ ਕਾਲ ਸਰਬਗਯ ਮਹਾਨ ਖੋਜਤ ਜਿਮ ਅਲਪਗਯ ਅਜਾਨਾ ਕਹਿੰਦੇ ਵੇਖੋ ਗੁਰੂ ਅਰਜਨ ਸਾਹਿਬ ਸਮਰੱਥ ਨੇ ਆਪ ਮਾਲਕ ਨੇ ਪਰ ਸੱਚੇ ਪਾਤਸ਼ਾਹ ਇਉਂ ਲੱਭ ਰਹੇ ਨੇ ਜਿਵੇਂ ਕੋਦ ਨਹੀਂ ਪਤਾ ਜੀ ਜਿਹਦੇ ਰਾਹੀਂ ਪ੍ਰਗਟ ਹੋਣਾ ਹੈ ਨਾ ਉਹਦੇ ਰਾਹੀਂ ਥਾਂ ਪ੍ਰਗਟ ਹੋਣੀ ਹੈ ਮਟ ਗਇਓ ਚਿੰਨਹ ਰਹਿਯੋ ਕੁਛ ਟੋਵਾ ਨਿਸ਼ਚੇ ਭਯੋ ਨਾ ਫਿਰ ਫਿਰ ਜੋਵਾ ਬੜਾ ਫਿਰ ਫਿਰ ਕੇ ਵੇਖਿਆ ਤੁਰ ਫਿਰ ਕੇ ਪਰ ਕੋਈ ਥਾਂ ਨੀਅਤ ਨਹੀਂ ਹੋਈ ਜਿੱਥੇ ਸਰੋਵਰ ਬਣਦਾ ਹਾਂਜੀ ਹਾਂਜੀ ਚਾਰ ਕਰੀਰ ਬੇਲ ਬਿਸਤਾਰਾ ਉੱਥੇ ਬੜੇ ਝਾੜ ਨੇ ਬੇਲ ਦੇ ਰੁੱਖ ਨੇ ਉਹਨਾਂ ਉਹ ਬੜੇ ਵੱਧ ਚੁੱਕੇ ਆ ਹਾਂਜੀ ਮਹਿ ਨਿਰਣੇ ਕੀਏ ਸਕਲ ਨਿਹਾਰਾ ਸਾਰੀ ਜਗ੍ਹਾ ਵੇਖੀ ਪਰ ਨਿਰਣੇ ਨਹੀਂ ਹੋ ਰਿਹਾ ਗੁਰੂ ਅਰਜਨ ਸਾਹਿਬ ਨੂੰ ਪਤਾ ਹੈ ਪਰ ਮਹਾਰਾਜ ਅੰਤਰਜਾਮੀ ਆਮ ਮਨੁੱਖਾਂ ਵਰਗੇ ਰਹਿੰਦੇ ਹੈ ਹਾਂਜੀ ਫਲ ਦਿਖਾਏ ਚਾਹਤ ਬਿਦਤਾਵਾ ਜਾਤੇ ਨਹਿ ਤਹਿ ਛਿਨ ਬਿਦਤਾਵਾ ਗੱਜ ਕੇ ਆਖੋ ਵਾਹਿਗੁਰੂ ਕਬੀ ਸੰਤੋਖ ਸਿੰਘ ਕਹਿੰਦੇ ਕਹਿੰਦੇ ਪਤਾ ਗੁਰੂ ਅਰਜਨ ਸਾਹਿਬ ਕਿਉਂ ਨਹੀਂ ਦੱਸ ਰਹੇ ਜੇ ਮਹਾਰਾਜ ਕਹਿ ਦਣ ਵੀ ਆਹ ਉਹ ਥਾਂ ਹੈ ਆਹ ਟੋਆ ਹੈ ਆਹ ਜਾਲ ਹੈ ਕਹਿੰਦੇ ਫਿਰ ਇਦਾਂ ਨਹੀਂ ਗੱਲ ਬਣਨੀ ਮਹਾਰਾਜ ਇਹਦਾ ਮਹਾਤਮ ਦਰਸਾਉਂਦੇ ਹੋ ਇਹਨੂੰ ਪ੍ਰਗਟ ਕਰਨਗੇ ਮਹਾਰਾਜ ਫਲ ਦੱਸਣਾ ਚਾਹੁੰਦੇ ਆ ਇਸ ਜਗ੍ਹਾ ਦਾ ਵੀ ਇਸ ਜਗ੍ਹਾ ਦਾ ਫਲ ਕੀ ਐ ਫਲ ਵਿਖਾਉਣਗੇ ਫਿਰ ਪ੍ਰਗਟ ਕਰਨਗੇ ਮਹਾਰਾਜ ਐਵੇਂ ਨਹੀਂ ਕਰਨਗੇ ਹਾਂਜੀ ਬ੍ਰਿਕਸ਼ ਸੰਸਪਾਤੇ ਥਲ ਜਾਨਾ ਤਹਾਂ ਜਾਏ ਕਰ ਉਦਮ ਠਾਨਾ ਤੇ ਅੱਗੇ ਥੋੜਾ ਜਿਹਾ ਅੱਗੇ ਜਾ ਕੇ ਗਰੀਬ ਨਿਵਾਜ ਜੀ ਨੇ ਸਰੋਵਰ ਪਟਾਉਣਾ ਪਟਾਉਣ ਦਾ ਫੁਰਨਾ ਬਣਾ ਲਿਆ ਜੀ ਜਿੱਥੇ ਹਰਮੰਦਰ ਸਾਹਿਬ ਦਾ ਸਰੋਵਰ ਹੈ ਨਾ ਉੱਥੇ ਨਹੀਂ ਮਹਾਰਾਜ ਗਏ ਥੋੜਾ ਜਿਹਾ ਅੱਗੇ ਚਲੇ ਗਏ ਜਿਹਨੂੰ ਆਪਾਂ ਸੰਤੋਖ ਸਰ ਸਾਹਿਬ ਕਹਿੰਦੇ ਹਾਂ ਹਾਂਜੀ ਨਿਸ਼ਚੈ ਤੇ ਸਤਿ ਇਰਥ ਕੋ ਕਰਿਓ ਕਿਉਂ ਇੱਥੇ ਵੀ ਖੁਦਵਾਈ ਆਰੰਭ ਹੋਈ ਸੀ ਪਰ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ ਸੀ ਰਾਮਦਾਸ ਜੀ ਸਮਾ ਪਾ ਕੇ ਤੁਹਾਡੇ ਪੁੱਤਰ ਦੀ ਇੱਥੇ ਸਰੋਵਰ ਬਣਾਉਣ ਆ ਗਏ ਹਰਮੰਦਰ ਸਾਹਿਬ ਦਾ ਸਰੋਵਰ ਬਣਨ ਤੋਂ ਪਹਿਲਾਂ ਦਾ ਸੰਤੋਖ ਸਰ ਸਾਹਿਬ ਦਾ ਸਰੋਵਰ ਹੈ ਜੀ ਮਾਰ ਸੱਤੇ ਪਾਛਾ ਨੇ ਉੱਥੇ ਸੇਵਾ ਸ਼ੁਰੂ ਕਰਾਉਣੀ ਹੈ ਜੀ ਹਾਂ ਜੀ ਸਬਨ ਸੰਗ ਸਤ ਗੁਰੂ ਉਚਰਿਓ ਗਰੀਬ ਨਵਾਜ ਸਾਰਿਆਂ ਨੂੰ ਉੱਥੇ ਲਿਜਾ ਕੇ ਕਹਿਣ ਲੱਗੇ ਗੁਰ ਆਗਿਆ ਤੇ ਪਿਤਾ ਹਮਾਰੇ ਕਹਿਣ ਲੱਗੇ ਭਾਈ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮ ਨਾਲ ਸਾਡੇ ਪਿਤਾ ਜੀ ਨੇ ਹਾਂਜੀ ਆਏ ਸੋਸਰ ਕਰਵਾਇ ਸਕਾਰੇ ਇੱਥੇ ਆ ਕੇ ਸਰੋਵਰ ਬਣਾਉਣਾ ਸ਼ੁਰੂ ਕਰਵਾਇਆ ਸੀ ਹਾਂਜੀ ਇਹ ਤੋ ਬਿਦਤ ਚਿੰਨ ਲਖ ਪਖਿਅਤ ਪਰ ਮਹਾਰਾਜ ਕਹਿਣ ਲੱਗੇ ਇੱਥੇ ਥੋੜੇ ਜਿਨੇ ਚਿੰਨ ਪ੍ਰਗਟ ਨੇ ਵੇਖੋ ਕੁਦਰਤੀ ਖੇਡ ਵੈਗਰੂ ਦੀ ਜਿੱਥੇ ਦਰਬਾਰ ਸਾਹਿਬ ਦੇ ਸਰੋਵਰ ਦੀ ਪੁਟਾਈ ਹੋ ਰਹੀ ਸੀ ਉਥੇ ਮਿੱਟੀ ਪੈ ਗਈ ਦੀ ਉਹ ਗੁਪਤ ਜਾ ਹੋ ਗਿਆ ਇਹ ਉਹਦੇ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਸੰਤੋਖ ਸਰ ਵਾਲਾ ਇਹ ਗੁਪਤ ਨਾ ਹੋਇਆ ਜੀ ਇੱਥੇ ਟੋਆ ਸੀਗਾ ਜੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਇੱਥੇ ਟੋਆ ਲੱਗਦਾ ਹੈ ਪਹਿਲਾਂ ਇੱਥੇ ਪੁਟਾਈ ਕਰ ਲੋ ਸਾਰੇ ਹਾਂਜੀ ਨੈਓ ਕਿ ਤਕ ਅਰਤਰ ਦ੍ਰਿਸ਼ਟੈਯਤ ਹਾਂਜੀ ਇਹ ਮਸੋਨ ਸਬਨ ਕੀ ਨਸ ਨਿਰਨੇ ਇਹ ਸੁਣ ਕੇ ਸਾਰੇ ਕਹਿਣ ਲੱਗੇ ਮਹਾਰਾਜ ਸਤਿ ਬਚਨ ਠੀਕ ਹੈ ਹਾਂਜੀ ਆਪ ਜਥਾਰਥ ਕਰ ਬਕਰਹੋਂ ਬਰਨੇ ਜਿਵੇਂ ਆਪ ਜੀ ਕਹਿੰਦੇ ਹੋ ਸੱਚੇ ਪਾਤਸ਼ਾਹ ਸੀ ਤੇ ਉਸੇ ਤਰ੍ਹਾਂ ਕਰਾਂਗੇ ਹਾਂਜੀ ਟੋਵਾ ਖੰਨੇਓ ਸੋ ਪਰਹੇ ਦਸਾਈ ਉਥੇ ਟੋਵਾ ਪੁੱਟਿਆ ਪਹਿਲਾਂ ਹੀ ਨਜ਼ਰ ਆ ਰਿਹਾ ਸੀਗਾ ਜੀ ਹਾਂ ਜੀ ਤੋਂ ਬਤੇ ਕੌਣ ਲਖ ਹੈ ਅਧਿਕਾਈ ਸਿੱਖ ਕਹਿਣ ਲੱਗੇ ਮਹਾਰਾਜ ਤੁਹਾਡੇ ਤੋਂ ਵੱਧ ਕੌਣ ਜਾਣਦਾ ਗੱਦ ਕੇ ਆਖੋ ਵਾਹਿਗੁਰੂ ਤੇ ਵੇਖ ਲਓ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਹੈ ਵੀ ਇਹ ਉਹ ਥਾਂ ਨਹੀਂ ਹੈਗੀ ਜਿਹੜਾ ਹਰਮੰਦਰ ਸਾਹਿਬ ਵਾਲੀ ਜਗ੍ਹਾ ਨਹੀਂ ਹੈ ਪਰ ਉਹ ਮਹਾਰਾਜ ਨੇ ਮਹਾਤਮ ਬਖਾ ਕੇ ਪ੍ਰਗਟ ਕਰਨੀ ਹੈ ਪਰ ਮਹਾਰਾਜ ਨੇ ਪਹਿਲਾਂ ਇੱਥੋਂ ਦੀ ਸੇਵਾ ਸ਼ੁਰੂ ਕਰਾਤੀ ਹਾਂਜੀ ਇਹ ਮਿਸਟੇ ਕਰ ਲੱਗੇ ਖਨਾਵਨ ਇਹ ਮਿਸਟੇ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਸਰੋਵਰ ਨੂੰ ਪਟਾਉਣ ਲੱਗ ਪਏ ਜੀ ਹਾਂਜੀ ਗਾਨਮਾ ਜੂਰ ਸਿੱਖ ਕਰੇ ਲਗਾਵਨ ਬੜੇ ਸਿੱਖ ਲੱਗੇ ਪਿਆਰ ਵਾਲੇ ਭਾਵਨਾ ਵਾਲੇ ਤੇ ਸਿੱਖਾਂ ਦੇ ਨਾਲ ਨਾਲ ਦਿਹਾੜੀ ਤੇ ਜਿਹੜੇ ਦਿਹਾੜੀ ਕਰਨ ਵਾਲੇ ਹੁੰਦੇ ਉਹ ਮਜ਼ਦੂਰ ਵੀ ਲੱਗੇ ਜੀ ਵੀ ਅਸੀਂ ਵੀ ਸੇਵਾ ਕਰੀਏ ਹਾਂ ਜੀ ਬਰੇਂਦ ਖਨਹੇ ਸਿਰ ਮਿਰਤ ਕਾ ਧਾਰਹਿ ਬਹੁਤ ਸਾਰੇ ਵਾਇਗਰੂ ਪੁੱਟਦੇ ਐ ਮਿੱਟੀ ਨੂੰ ਪੁੱਟਦੇ ਐ ਟੋਕਰੀਆਂ ਚ ਪਾਉਂਦੇ ਐ ਕਈ ਸਿਰ ਤੇ ਰੱਖ ਕੇ ਬਾਹਰ ਸੁੱਟ ਕੇ ਆਉਂਦੇ ਐ ਹਾਂ ਜੀ ਲੈਕਰ ਵਹਿਰ ਜਾਏ ਟਟ ਡਾਰਹਿ ਬਾਹਰ ਜਾ ਕੇ ਮਿੱਟੀ ਸੁੱਟਦੇ ਐ ਤੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਲਾਗੇ ਬੈਠ ਕੇ ਸੇਵਾ ਕਰਵਾਉਂਦੇ ਐ ਗੱਜ ਕੇ ਆਖੋ ਵਾਹਿਗੁਰੂ ਇਹ ਵੀ ਬੜੀ ਖੇਡ ਤੇ ਜੇ ਮਹਾਰਾਜ ਲਾਗੇ ਨਾ ਖਲੋਣ ਉਹ ਫਿਰ ਸੇਵਾ ਦਾ ਜज्ਬਾ ਨਹੀਂ ਰਹਿੰਦਾ ਜੀ ਸਿੱਖਾਂ ਦੇ ਮਨਾਂ ਵਿੱਚ ਵੱਡਾ ਅਵਸਰ ਲਾਗੇ ਖਲੋਤਾ ਹੋਵੇ ਨਾ ਫਿਰ ਲੇਬਰਾਂ ਭੱਜੀ ਫਿਰਦੀ ਕੰਮ ਕਰਦੀ ਹੈ ਤੇ ਅਸੀਂ ਵੀ ਤੇ ਲੇਬਰੀਆਂ ਗੁਰੂ ਸਾਹਿਬ ਦੀ ਸਾਰੇ ਹੀ ਆਪਾਂ ਮਹਾਰਾਜ ਨਾਲ ਉੱਥੇ ਖਲੋਤੇ ਰਹਿੰਦੇ ਆ ਨਾਲੇ ਤੇ ਸਿੱਖ ਕਰਦੇ ਗੁਰੂ ਸਾਹਿਬ ਦੇ ਦਰਸ਼ਨ ਤੇ ਨਾਲੇ ਸੇਵਾ ਕਰਦੇ ਹੋਰ ਚਾਹ ਪੈਦਾ ਹੁੰਦਾ ਉਹਨਾਂ ਦੇ ਮਨਾਂ ਵਿੱਚ ਕਰਨ ਅਨ ਗਨ ਮਾਨਵ ਆਵਨ ਲਾਗੇ ਬੜੇ ਮਨੁੱਖ ਆਉਣ ਲੱਗ ਪਏ ਦੂਰ ਦੂਰ ਪਤਾ ਲੱਗ ਗਿਆ ਮਹਾਰਾਜ ਨੇ ਸਰੋਵਰ ਦੀ ਸੇਵਾ ਸ਼ੁਰੂ ਕਰਾਈ ਹੈ ਕਿਤੇ ਮਜ਼ਦੂਰ ਸਿੱਖ ਵੱਡ ਭਾਗੇ ਕੋਈ ਮਜ਼ਦੂਰੀ ਕਰਨ ਆ ਗਿਆ ਤੇ ਕੋਈ ਪ੍ਰੇਮ ਨਾਲ ਹੀ ਸੇਵਾ ਕਰਨ ਆ ਗਿਆ ਜੀ ਹਾਂਜੀ ਏਮ ਦਿਨ ਪ੍ਰਾਤ ਸ਼੍ਰੀ ਅਰਜਨ ਨਾਥ ਹਰ ਰੋਜ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਹੁਤੇ ਹੀ ਪਿਆਰ ਨਾਲ ਸੇਵਾ ਕਰਾਉਂਦੇ ਆ ਹਾਂਜੀ ਲੈ ਕੇ ਸਿੱਖ ਸੰਗਤ ਕੋ ਸਾਥ ਸਿੱਖ ਸੰਗਤਾਂ ਨੂੰ ਮਹਾਰਾਜ ਨਾਲ ਲੈ ਕੇ ਬੜੇ ਵੱਡੇ ਪੱਦਰ ਤੇ ਸੇਵਾ ਕਰਾ ਰਹੇ ਜੀ ਹਾਂਜੀ ਜੈ ਹੈ ਕਹਤੇ ਬਹੁ ਕਰੇ ਬੁਲਾਵਨ ਗਾਨ ਮਜੂਰ ਜੋਤ ਕਰਤ ਖਨਾਵਨ ਕਈ ਹੱਥੀ ਨਹੀਂ ਸੇਵਾ ਕਰ ਸਕਦੇ ਬਜ਼ੁਰਗ ਉਹ ਆਪਣੇ ਵੱਲੋਂ ਮਜ਼ਦੂਰ ਲਵਾ ਦਿੰਦੇ ਆ ਉਹ ਕਹਿੰਦੇ ਅਸੀਂ ਮਜ਼ਦੂਰਾਂ ਨੂੰ ਦਿਹਾੜੀ ਦੇ ਦੇਵਾਂਗੇ ਇਸ ਤਰ੍ਹਾਂ ਸਾਡਾ ਭਲਾ ਹੋ ਜਾਏਗਾ ਜਿੱਥੋਂ ਜਿੱਥੋਂ ਪਤਾ ਲੱਗਦਾ ਉਥੋਂ ਉਥੋਂ ਮਹਾਰਾਜ ਮਜ਼ਦੂਰ ਵੀ ਮੰਗਵਾ ਲੈਂਦੇ ਆ ਬੜਾ ਵੱਡਾ ਕਾਰਜ ਸੀਗਾ ਜੀ ਹਾਂ ਜਿੱਥੇ ਹੈ ਜਾਏ ਤਹਾਂ ਕੇ ਤੀਰ ਖੋਦ ਹੈ ਬਹੁ ਮਾਨਵਕੀ ਪੀੜ ਬੜੇ ਮਨੁੱਖਾਂ ਦੀ ਢੀੜ ਸੇਵਾ ਕਰਦੀ ਹੈ ਸੱਚੀ ਸਰਕਾਰ ਗੁਰੂ ਅਰਜਨ ਸਾਹਿਬ ਲਾਗੇ ਪਲੰਗੇ ਤੇ ਬਹਿ ਜਾਂਦੇ ਆ ਜੀ ਮਾਰਾ ਸਾਰੀ ਸਾਰੀ ਦਿਹਾੜੀ ਬੈਠਦੇ ਹਾਂਜੀ ਇੱਕ ਖੰਨ ਨਹੀਂ ਗਹਿ ਖਨ ਹੈ ਸਬਲ ਥਲ ਇੱਕ ਨਿਕਾਸਹ ਪਾਕ ਹੈ ਚਲ ਚਲ ਇੱਕ ਸਾਧ ਸੰਗਤ ਦੀ ਪੁੱਟਦਾ ਤੇ ਪਾਉਂਦਾ ਟੋਕਰੀ ਚ ਹਾਂਜੀ ਇੱਕ ਸਿਰ ਤੇ ਰੱਖਦਾ ਪ੍ਰੇਮੀ ਦੇ ਤੇ ਇੱਕ ਲਾਗੇ ਮਾਰਾ ਨੇ ਖਿਲਾ ਰਿਆ ਕਹਿਣ ਵਾਲਾ ਚਲੋ ਭਾਈ ਅੱਗੇ ਚਲੋ ਛੇਤੀ ਛੇਤੀ ਚਲੋ ਉਹ ਇਸ ਤਰ੍ਹਾਂ ਕਹਿਣ ਵਾਲੇ ਵੀ ਖਿਲਾਰੇ ਆ ਮਹਾਰਾਜ ਦੇ ਸਾਰੇ ਤਰ੍ਹਾਂ ਦੇ ਬੰਦੇ ਚਾਹੀਦੇ ਆ ਨਾ ਹਾਂਜੀ ਤਰਹਿ ਭਾਵਨਾ ਕੇਤਕ ਆਵਹਿ ਤੀਰਥ ਕਨੇ তথা ਫਲ ਪਾਵਹਿ ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਕਈ ਤੇ ਫਿਰ ਇਸ ਭਾਵਨਾ ਦੇ ਨਾਲ ਆਉਂਦੇ ਆ ਕਿ ਮਹਾਰਾਜ ਤੀਰਥ ਬਣਵਾ ਰਹੇ ਆ ਤੇ ਅਸੀਂ ਜਾ ਕੇ ਸੇਵਾ ਕਰਾਂਗੇ ਸਾਨੂੰ ਫਲ ਮਿਲੇਗਾ ਮਿਲਦਾ ਫਲ ਹਾਂਜੀ ਕੀਤਕ ਸਿੱਖ ਆਪ ਚੱਲ ਆਏ ਕਈ ਤੇ ਆਪ ਹੀ ਚੱਲ ਕੇ ਆ ਗਏ ਨਾ ਮਹਾਰਾਜ ਜੀ ਦੇ ਚਰਨਾਂ 'ਚ ਵੀ ਅਸੀਂ ਸੇਵਾ ਕਰਨੀ ਹੈ ਤੇ ਕਈਆਂ ਦੇ ਭਾਗ ਜਾਗੇ ਹਾਂਜੀ ਕੀਤਕ ਸ੍ਰੀ ਅਰਜਨ ਬੁਲਵਾਏ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਨੇ ਮੈਸੇਜ ਦੇ ਕੇ ਸੱਦਿਆ ਜੀ ਆਪ ਸੱਦਿਆਂ ਦੇ ਨਾਲ ਸੱਦਿਆਓ ਭਾਈ ਸੇਵਾ ਕਰੋ ਹਾਂਜੀ ਭਈ ਜਹਾਂ ਕਹ ਪਸਰੀ ਗਾਥਾ ਬਸ ਜਿੱਥੇ ਜਿੱਥੇ ਪਤਾ ਲੱਗਦਾ ਗਿਆ ਸੁਣ ਸੁਣ ਆਏ ਨਾਏ ਪਦ ਮਾਥਾ ਸੁਣ ਸੁਣ ਕੇ ਸਿੱਖ ਆਉਂਦੇ ਐ ਨਾਲੇ ਤੇ ਸਤਿਗੁਰੂ ਜੀ ਨੂੰ ਨਮਸਕਾਰਾਂ ਕਰਦੇ ਐ ਮੱਥੇ ਟੇਕਦੇ ਐ ਨਾਲੇ ਸੇਵਾ ਕਰਦੇ ਐ ਜੀ ਭਾਗਾਂ ਵਾਲੇ ਹੋਣਗੇ ਜੀ ਉਹ ਸਿੱਖ ਹਾਂਜੀ ਮਹਾ ਚੌਪਤੇ ਕਾਰਨ ਕਰ ਹੈ ਸਿਮਰ ਇਹ ਨਾਮ ਬਿਗਨ ਕੋ ਟਾਰ ਹੈ ਮਹਾਰਾਜ ਗੱਲਾਂ ਨਹੀਂ ਕਰਨ ਦਿੰਦੇ ਸੇਵਾ ਕਰਦੇ ਹਾਂ ਜੀ ਉਹ ਕਾਰ ਸੇਵਾ ਵਾਲਿਆਂ ਦਾ ਬਹੁਤ ਵਧੀਆ ਸਿਸਟਮ ਹੈ ਜੀ ਉਹ ਅਸੀਂ ਕੀ ਕਰਦੇ ਹਾਂ ਅਸੀਂ ਦੋ ਝਾੜੂ ਮਾਰ ਲਏ ਦੋ ਵਾਰੀ ਦੋ ਥਾਮਾਂ ਤੇ ਮਾਰਾ ਜ ਝਾੜੂ ਕਰ ਲਿਆ 50 ਜਣਿਆਂ ਨਾਲ ਗੱਲਾਂ ਕਰ ਲੈਣੇ ਉਹ ਲਾਗੇ ਲਾਗੇ ਨਿੰਦਿਆ ਕਰ ਹੀ ਜਾਂਦੇ ਆ ਕਮਾਲ ਦੀ ਗੱਲ ਇਹ ਆਂ ਸੇਵਾ ਕਰਦਿਆਂ ਕਰਦਿਆਂ ਬੰਦੇ ਉਹ ਵੀ ਗੱਲਾਂ ਕਰੀ ਜਾਂਦੇ ਜਿਨ੍ਹਾਂ ਦੀ ਲੋੜ ਹੀ ਨਹੀਂ ਹੈਗੀ ਜੀ ਉਹ ਵੀ ਗੱਲਾਂ ਕਰੀ ਜਾਂਦੇ ਭਾਵ ਉਹੋ ਜਿਹੀਆਂ ਗੱਲਾਂ ਕਰਦੇ ਜੀ ਮਹਾਰਾਜ ਕਹਿਣ ਲੱਗੇ ਭਾਈ ਸੇਵਾ ਕਰਦਿਆਂ ਗੱਲਾਂ ਨਹੀਂ ਕਹੇ ਨੇ ਕਰਨੀਆਂ ਸੇਵਾ ਕਰਦਿਆਂ ਸਿਮਰਨ ਕਰਨਾ ਹੈ ਕਿਉਂ ਉਹਦਾ ਭਾਵ ਸੁਣਿਓ ਸੇਵਾ ਕਰਦਿਆਂ ਤੁਸੀਂ ਨਾਲ-ਨਾਲ ਬਾਣੀ ਪੜੋ ਜਾਂ ਫਿਰ ਨਾਲ-ਨਾਲ ਗੁਰਮੰਤਰ ਕਰੋ ਮੂਲ ਮੰਤਰ ਕਰੋ ਪਿਆਰਿਓ ਉਸੇ ਸੇਵਾ ਦਾ ਤੁਹਾਨੂੰ 10 ਗੁਣਾ ਵੱਧ ਫਲ ਮਿਲੇਗਾ ਜੀ ਕਿੰਨਾ ਫਲ ਹੈ ਜੀ ਤੇ ਜੇ ਆਪਾਂ ਗੱਲਾਂ ਕਰੀ ਜਾਂਦੇ ਆ ਉਹ ਜਿਹੜਾ ਮਿਲਣਾ ਉਹ ਵੀ ਵਿੱਚੇ ਹੀ ਰਹਿ ਜਾਂਦਾ ਜੀ ਤੇ ਗੁਰੂ ਸਾਹਿਬ ਕਹਿੰਦੇ ਨਾਲ-ਨਾਲ ਨਾਮ ਦੀ ਪੁਕਾਰ ਸੇਵਾ ਵਾਲੇ ਚ ਪਾਉਂਦੇ ਕ ਨਹੀਂ ਸੇਵਾ ਕਰਦਿਆਂ ਨਾਲੇ ਸ਼ੁਰੂ ਕਰਾ ਦਿੰਦੇ ਸਤਨਾਮ ਵਾਹਿਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਔਕਾਰ ਸੇਵਾ ਵਾਲੇ ਕਰਾਉਂਦੇ ਨਾ ਸੰਗਤਾਂ ਵੀ ਮਿੱਟੀ ਪੁੱਟਨ ਦੀਆਂ ਸੇਵਾ ਕਰ ਰਹੀਆਂ ਤੇ ਜੱਪ ਰਹੀਆਂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਕਥਾ ਸੁਣਦੇ ਆ ਸੁਣਦੇ ਆ ਨਾ ਆਪਣੇ ਆਪ ਨੂੰ ਵੀ ਉਸ ਮਾਹੌਲ ਤੇ ਲੈ ਜਾਓ ਪ੍ਰਾਣੇ ਗੁਰੂ ਅਰਜਨ ਸਾਹਿਬ ਪਲੰਘੇ ਤੇ ਬੈਠੇ ਆ ਤੇ ਅਸੀਂ ਵੀ ਟੋਕਰੀਆਂ ਟਾਉਂਦੇ ਤੇ ਨਾਲ-ਨਾਲ ਜਾਪ ਰਹੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਹਾਂਜੀ ਕੋ ਆਵਤ ਕੋ ਜਾਤ ਅਨੇਕ ਹਾਂਜੀ ਮਹਾ ਚੋਮਪ ਤੇ ਕਾਰ ਨਿਕਾਰ ਹਾਂ ਚਾ ਨਾਲ ਸੇਵਾ ਕਰਦੇ ਐ ਤੇ ਸਿਮਰਹਿ ਨਾਮ ਬਿਗਨ ਕੋ ਟਾਰੈ ਨਾਲ ਨਾਲ ਸਿਮਰਨ ਕਰਦੇ ਆਪਣੀਆਂ ਜ਼ਿੰਦਗੀ ਦੀਆਂ ਰੁਕਾਵਟਾਂ ਨੂੰ ਪਹਿਲਾਂ ਹੀ ਦੂਰ ਕਰੀ ਜਾਂਦੇ ਤੇ ਫਿਰ ਅੱਗੇ ਪੜੋ ਕੋ ਆਵਤ ਕੋ ਜਾਤ ਅਨੇਕ ਕੋਈ ਆ ਰਿਹਾ ਕੋਈ ਜਾ ਰਿਹਾ ਅਨੇਕਾਂ ਦੀ ਗਿਣਤੀ ਵਿੱਚ ਹੋ ਰਿਹਾ ਸਾਰਾ ਕੁਝ ਹਾਂਜੀ ਕੋ ਸੇਵਾ ਕਰ ਲਹ ਬਬੇਕ ਕਈ ਸੇਵਾ ਕਰਦੇ ਐ ਤੇ ਅੰਦਰ ਖਾਤੇ ਮਹਾਰਾਜ ਕੋਲੋਂ ਬ੍ਰਹਮ ਗਿਆਨ ਦੀ ਦਾਤ ਮੰਗਦੇ ਐ ਤੇ ਗੁਰੂ ਦੀ ਸੇਵਾ ਤੇ ਸਭ ਕੁਝ ਹੀ ਦੇਣ ਵਾਲੀ ਸਾਧ ਸੰਗਤ ਗੁਰੂ ਅਰਜਨ ਸਾਹਿਬ ਕਿਰਪਾ ਕਰਕੇ ਬਖਸ਼ਿਸ਼ ਕਰਦੇ ਐ ਉਹ ਕਹਿੰਦੇ ਭਾਈ ਪਿਆਰਿਓ ਦੁਨੀਆਂ ਵਿੱਚ ਇਹੋ ਜੀ ਕੋਈ ਚੀਜ਼ ਨਹੀਂ ਹੈ ਜਿਹੜੀ ਸੇਵਾ ਕਰਕੇ ਨਾ ਮਿਲੇ ਜੀ ਉਹ ਮਹਾਰਾਜ ਦਾ ਇੱਕ ਸਹਿਸਕ੍ਰਿਤੀ ਚ ਮਹਾਰਾਜ ਨੇ ਸਲੋਕ ਉਚਾਰਿਆ ਪਾਛੰ ਕਰੋਤ ਅਗਰਣੀ ਵਹਿ ਨਿਰਾਸੰ ਆਸਪੂਰਨ ਹੈ ਸਭ ਤੋਂ ਪਿੱਛੇ ਹੋਵੇ ਉਹਨੂੰ ਕੋਈ ਨਾ ਪੁੱਛਦਾ ਹੋਵੇ ਉਹ ਪਿਆਰ ਨਾਲ ਸੇਵਾ ਕਰੇ ਸਤਿਗੁਰੂ ਉਹਨੂੰ ਸਾਰਿਆਂ ਦਾ ਮੋਢੀ ਬਣਾ ਦਿੰਦੇ ਹਨ ਜੇ ਦੀ ਆਸ ਨਹੀਂ ਪੂਰੀ ਹੁੰਦੀ ਉਹ ਪਿਆਰ ਨਾਲ ਸੇਵਾ ਕਰਨੇ ਸ਼ੁਰੂ ਕਰਦੇ ਗੁਰੂ ਨਿਰਾਸ਼ਿਆਂ ਦੀਆਂ ਆਸਾਂ ਨੂੰ ਪੂਰੀਆਂ ਕਰ ਦਿੰਦੇ ਹਨ ਰੋਗ ਲੱਗ ਗਿਆ ਕਿਉਂਕਿ ਬਾਣੀ ਹੈ ਮੈਂ ਬਾਣੀ ਦੇ ਭਰੋਸੇ ਤੇ ਗੱਲ ਕਰਨ ਲੱਗਾ ਤੁਹਾਨੂੰ ਇਹੋ ਜੀ ਬਿਮਾਰੀ ਲੱਗ ਜੇ ਜਿਹਦਾ ਇਲਾਜ ਹੀ ਨਹੀਂ ਹੈਗਾ ਮਾੜਾ ਕਹਿੰਦੇ ਸਿੱਖਾ ਗੁਰੂ ਦੇ ਘਰ ਵਿੱਚ ਆ ਕੇ ਸੇਵਾ ਕਰ ਭਿਆਨਕ ਤੋਂ ਭਿਆਨਕ ਬਿਮਾਰੀਆਂ ਗੁਰੂ ਦੇ ਦਰ ਤੇ ਕਰਕੇ ਸੇਵਾ ਦੂਰ ਹੋ ਜਾਂਦੀਆਂ ਹਨ। ਉਹ ਰੋਗੀਆਂ ਰੋਗ ਖੰਡਣ ਹੈ। ਉਹ ਰੋਗੀਆਂ ਦੇ ਰੋਗ ਸੇਵਾ ਦੂਰ ਕਰ ਦਿੰਦੀ ਹੈ। ਇਥੋਂ ਤੱਕ ਮਹਾਰਾਜ ਕਹਿੰਦੇ ਜਿਸ ਨੂੰ ਕੀਰਤਨ ਨਹੀਂ ਕਰਨਾ ਆਉਂਦਾ ਆਵਾਜ਼ ਨਹੀਂ ਗਲਾ ਨਹੀਂ ਚੱਲਦਾ। ਮਹਾਰਾਜ ਕਹਿੰਦੇ ਨਾਮ ਜਪਣ ਵਿੱਚ ਵੀ ਧਿਆਨ ਲੱਗੇਗਾ। ਦੂਜਾ ਉਹਨੂੰ ਕੀਰਤਨ ਦੀ ਦਾਤ ਮਿਲ ਜਾਏ। ਪਾਰ ਬ੍ਰਹਮ ਪੁਰਖ ਦਾ ਤਾਰ ਹੈ ਨਾਨਕ ਗੁਰ ਸੇਵਾ ਕਿੰਗ ਨ ਲੱਭੇ ਤੇ ਅਖੀਰ ਤੇ ਮਾਰ ਕਹਿਣ ਲੱਗੇ ਗੁਰੂ ਸਾਹਿਬ ਦੀ ਸੇਵਾ ਵਿੱਚ ਸਭ ਕੁਝ ਹੈ ਕਹਿੰਦੇ ਮੈਂ ਦੱਸ ਨਹੀਂ ਸਕਦਾ ਇਹ ਕਹਿ ਸਕਦਾ ਸੇਵਾ ਕਰਕੇ ਇਹੋ ਜੀ ਕੋਈ ਵਸਤੂ ਨਹੀਂ ਜਿਹੜੀ ਤੁਹਾਨੂੰ ਪ੍ਰਾਪਤ ਨਾ ਹੋਵੇ ਜੀ ਗੱਦ ਕੇ ਆਖੋ ਵਾਹਿਗੁਰੂ ਇਹ ਗੱਲ ਵੱਖਰੀ ਹੈ ਕਿ ਬੰਦਾ ਸਮਝੇ ਭਾਵੇਂ ਨਾ ਸਮਝੇ ਕਈ ਵਾਰੀ ਬੰਦਾ ਸੇਵਾ ਕਰਕੇ ਅਣਜਾਣੇ ਵਿੱਚ ਉਹ ਚੀਜ਼ਾਂ ਮੰਗ ਲੈਂਦਾ ਜਿਹਦਾ ਸਾਨੂੰ ਸੁੱਖ ਨਹੀਂ ਹੁੰਦਾ ਜੀ ਪਰ ਮਿਲਦਾ ਸਭ ਕੁਝ ਜੀ ਪਿਆਰਿਓ ਜੇ ਇੱਥੋਂ ਨਹੀਂ ਮਿਲਣਾ ਤਾਂ ਫਿਰ ਕਿਤੋਂ ਵੀ ਨਹੀਂ ਮਿਲਣਾ ਜੀ ਚੇਤਾ ਰੱਖਿਓ ਮਹਾਰਾਜ ਕਹਿੰਦੇ ਸੇਵਾ ਕਰਕੇ ਇਹੋ ਦੀ ਕੋਈ ਵਸਤੂ ਨਹੀਂ ਜਿਹੜੀ ਤੁਹਾਨੂੰ ਨਾ ਮਿਲੇ ਹਜ਼ੂਰ ਮਹਾਰਾਜ ਸੇਵਾ ਕਰਾ ਰਹੇ ਆ ਸਰੋਵਰ ਪਟਵਾਰ ਹੈ ਕਈ ਸਿੱਖ ਆ ਕੇ ਸੇਵਾ ਕਰਦੇ ਆ ਭਾਗਾ ਵਾਲੇ ਜਿਨ੍ਹਾਂ ਦੇ ਬਹੁਤੇ ਵੱਡੇ ਭਾਗ ਹੈ ਉਹ ਸੋਚਦੇ ਆ ਮਾਰਾ ਸਾਨੂੰ ਬ੍ਰਹਮ ਗਿਆਨ ਦੀ ਦਾਤ ਦੇ ਦੇਣ ਸੇਵਾ ਕਰਦੇ ਆ ਕਰਦੇ ਆ ਉਹ ਬ੍ਰਹਮ ਗਿਆਨੀ ਬਣ ਜਾਂਦੇ ਹਨ ਧਾਰਮਿਕ ਲਾਈਨ ਵਿੱਚ ਸਿੱਖ ਗੁਰਸਿੱਖ ਗੁਰਮੁਖ ਸਾਧੂ ਸੰਤ ਸਭ ਤੋਂ ਉੱਤੇ ਬ੍ਰਹਮ ਗਿਆਨੀ ਮੰਨਿਆ ਗਿਆ ਬ੍ਰਹਮ ਗਿਆਨੀ ਕੀ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਨੂੰ ਕਹਿੰਦੇ ਸ਼ਿਵ ਜੀ ਮਹਾਰਾਜ ਹਨ ਜਿਹੜੇ ਉਹ ਵੀ ਬ੍ਰਹਮ ਗਿਆਨੀ ਦੇ ਦਰਸ਼ਨਾਂ ਨੂੰ ਤਰਸਦੇ ਆ ਕਿਸੇ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣ ਇਹ ਹੈ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣ। ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਬਣ ਜਾਂਦਾ ਨਾ ਉਹ ਰੱਬ ਹੀ ਬਣ ਜਾਂਦਾ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਉਹਦੇ ਵਿੱਚ ਇੰਨੀ ਵੱਡੀ ਤਾਕਤ ਆ ਜਾਂਦੀ ਉਹ ਸਾਰੀ ਸ੍ਰਿਸ਼ਟੀ ਨੂੰ ਦੁਬਾਰਾ ਇੱਕ ਵਾਰੀ ਖਤਮ ਕਰਕੇ ਮੁੜ ਸਾਜ ਸਕਦਾ ਹੈ। ਕਿੰਡੀ ਵੱਡੀ ਗੱਲ ਹੈ। ਇਹ ਕਿੱਥੋਂ ਮਿਲਣ ਦੀ ਦਾਤ? ਜਿਹੜੇ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੇਵਾ ਕਰ ਰਹੇ ਹੈ। ਇਸੇ ਕਰਕੇ ਮੈਂ ਪਹਿਲਾਂ ਹੀ ਬੇਅੰਤੀ ਕੀਤੀ ਹੈ ਭਾਗਾ ਵਾਲੇ ਨੇ ਉਹ ਸਿੱਖ ਜਿਹੜੇ ਸਤਿਗੁਰੂ ਜੀ ਦੇ ਸਾਹਮਣੇ ਟੋکریاں ਢੋ ਰਹੇ ਆ ਨਾਲੇ ਨਾਮ ਜਪ ਰਹੇ ਆ ਜੋ ਮੰਗਦੇ ਆ ਉਹਨਾਂ ਨੂੰ ਉਹ ਮਿਲ ਰਿਹਾ ਹੈ ਹਾਂਜੀ ਕੋ ਜਗ ਸੁਖ ਕੋ ਬਾਣਛਤ ਆਵਹਿ ਜਿਹੜੇ ਬ੍ਰਹਮ ਗਿਆਨ ਮੰਗ ਰਹੇ ਆ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਕਿਰਪਾ ਕਰਕੇ ਬ੍ਰਹਮ ਗਿਆਨ ਦੇ ਰਹੇ ਹੈ ਕਈ ਸੇਵਾ ਕਰਦੇ ਆ ਉਹ ਮਹਾਰਾਜ ਅੱਗੇ ਅਰਦਾਸ ਕਰਦੇ ਦਾਤਿਆ ਦੁਨੀਆਂ ਦੇ ਸੋ ਖਮੇਦੀ ਝੋਲੀ ਵਿੱਚ ਪਾ ਦੇ। ਗੁਰੂ ਸਾਹਿਬ ਕਿਰਪਾ ਕਰਦੇ। ਪਿਆਰਿਓ ਦੁਨੀਆਂ ਦੇ ਸਾਰੇ ਸੁੱਖ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਹਾਂ। ਹਾਂਜੀ ਸਤਗੁਰ ਸੁਖ ਸਾਗਰ ਜਗ ਅੰਤਰ ਹੋਰ ਥੈਂ ਸੁਖ ਨ ਭਾਲ। ਮਹਾਰਾਜ ਬਾਣੀ 'ਚ ਕਹਿੰਦੇ। ਮਹਾਰਾਜ ਕਹਿੰਦੇ ਪਿਆਰਿਆ ਗੁਰੂ ਸੁੱਖਾਂ ਦਾ ਸਮੁੰਦਰ ਹੈ। ਹੋਰ ਕਿੱਥੇ ਸੁੱਖ ਲੱਭਦਾ ਫਿਰਦਾ ਕਹਿੰਦੇ। ਸੋਤ ਬਿਤ ਆਦਿਕ ਸੋਤ ਹੈ ਪਾਵਹਿ ਕਈ ਸੇਵਾ ਕਰਦੇ ਆ ਉਹਨਾਂ ਦੀ ਇੱਛਾ ਹੈ ਸਾਡੇ ਘਰ ਪੁੱਤਰ ਦਾ ਜਨਮ ਹੋ ਜਾਏ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਉਹਨਾਂ ਦੇ ਘਰ ਚ 3 ਪੁੱਤ ਹੋ ਰਹੇ ਆ ਬਿਤ ਕਹਿੰਦੇ ਮਾਇਆ ਨੂੰ ਕਈ ਕੰਗਾਲ ਆ ਲੇ ਗਏ ਆ ਉਹ ਸੇਵਾ ਕਰਕੇ ਅਮੀਰ ਬਣ ਗਏ ਇਹੋ ਜੇ ਪ੍ਰਮਾਣ ਤੁਹਾਨੂੰ ਹੁਣ ਵੀ ਮਿਲ ਜਾਣਗੇ ਕੇਵਲ ਉਸ ਸਮੇਂ ਨਹੀਂ ਮਹਾਰਾਜ ਸਰੋਵਰ ਖਦਮਾ ਰਏ ਸਿੱਖ ਸੇਵਾ ਕਰ ਰਏ ਉਦੋਂ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਈਆਂ ਨਹੀਂ ਪਿਆਰਿਓ ਇਹੋ ਜੇ ਪ੍ਰਮਾਣ ਤੁਹਾਨੂੰ ਹੁਣ ਵੀ ਮਿਲ ਜਾਣਗੇ ਗੁਰੂ ਦੇ ਦਰ ਤੇ ਸੇਵਾ ਕਰਨ ਵਾਲਿਆਂ ਨੂੰ ਮਾਇਆ ਦੀ ਵੀ ਕੋਈ ਕਮੀ ਨਹੀਂ ਲੈਂਦੀ ਜੀ ਬੰਦਾ ਕਰੇ ਨਿਸ਼ਕਾਮ ਹੋ ਕੇ ਦਰਬਾਰ ਸਾਹਿਬ ਇੱਕ ਅਰਦਾਸ ਗਿਆ ਸਿੰਘ ਹੈ ਮੈਂ ਨਾਮ ਨਹੀਂ ਦਸਾਂਗਾ ਪਹਿਲਾਂ ਉਹ ਪਾਠੀ ਸਨ ਤੇ ਉਹਨਾਂ ਨੇ ਨਾ ਸੇਵਾ ਕਰਨੀ ਮਹਾਰਾਜ ਦੀ ਕਦੇ ਉਹਨਾਂ ਨੇ ਭਾਂਡੇ ਮੰਡਣ ਲੱਗ ਪੈਣੇ ਹਰਿਮੰਦਰ ਸਾਹਿਬ ਕਦੇ ਹੋਰ ਸੇਵਾ ਕਰਨ ਲੱਗ ਪੈਣੀ ਠੀਕ ਹੈ ਇੱਕ ਡਿਊਟੀ ਹੈ ਉਹਦੇ ਤੋਂ ਇਲਾਵਾ ਉਹਨੇ ਮਹਾਰਾਜ ਦੀ ਸੇਵਾ ਕਰਨੀ ਦੀ ਗਰੀਬੀ ਬਹੁਤ ਜ਼ਿਆਦਾ ਸਾਈਕਲ ਤੇ ਡਿਊਟੀ ਲਾਉਣ ਜਾਂਦੇ ਸਨ ਕਹਿੰਦੇ ਮੇਰਾ ਸਾਈਕਲ ਪੈਂਚਰ ਹੋ ਜਾਣਾ ਤੇ ਪੈਸੇ ਮਹੀਨੇ ਬਾਅਦ ਜਾ ਕੇ ਮਿਲਨੇ ਤੇ ਮੈਨੂੰ ਬੜੀ ਤੰਗੀ ਹੋਣੀ ਧਾਰੇ ਮੰਗਣੇ ਕਈ ਕੁਝ ਕਰਨਾ ਪਰ ਕਹਿਣ ਲੱਗੇ ਕਿਸੇ ਨੇ ਕਿਹਾ ਸੀ ਇੱਥੇ ਕੱਲਾ ਪਾਠੀ ਬਣ ਕੇ ਨਾ ਰਹਿ ਜੀ ਇੱਥੇ ਸੇਵਾ ਕਰ ਗੁਰੂ ਰਾਜਾ ਬਣਾ ਦਿੰਦਾ ਸੇਵਾ ਕਰ ਕਹਿੰਨੇ ਮੈਂ ਸੇਵਾ ਕਰਨੀ ਸ਼ੁਰੂ ਕੀਤੀ ਹੌਲੀ 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 ਮੇਰੀ ਤਰੱਕੀ ਹੁੰਦੀ ਗਈ ਕਹਿੰਨੇ ਮੈਨੂੰ ਮਹਾਰਾਜ ਨੇ ਅਰਦਾਸੀਆਂ ਲਾਤਾ ਕਹਿੰਦੇ ਉਹ ਮੈਂ ਬੰਦਾ ਜਿਹਦੇ ਕੋਲ ਸਾਈਕਲ ਨੂੰ ਪੈਂਚਰ ਲਵਾਉਣ ਦੇ ਪੈਸੇ ਨਹੀਂ ਸੀ ਹੁੰਦੇ ਗੁਰੂ ਸਾਹਿਬ ਨੇ ਸੇਵਾ ਕੀਤੀ ਦਿੱਲੀ ਵੀ ਜਾਣਾ ਹੋਵੇ ਜਹਾਜ਼ ਤੇ ਜਾਇਦਾ ਉਹ ਇਹ ਗੱਲ ਕਰਦਾ ਬੜਾ ਫਕਰ ਮਹਿਸੂਸ ਕਰ ਰਿਹਾ ਸੀ ਕਹਿੰਦਾ ਵੇਖੋ ਗੁਰੂ ਦੀ ਸੇਵਾ ਦਾ ਬਰਦਾਰ ਤੇ ਮੈਂ ਤਾਂ ਬੇਨਤੀ ਕੀਤੀ ਹੈ ਇਹ ਮਤ ਸਮਝੋ ਉਦੋਂ ਹੀ ਸੀ ਨਹੀਂ ਪਿਆਰਿਓ ਜਿਹੜਾ ਹੁਣ ਵੀ ਪਿਆਰ ਨਾਲ ਸੇਵਾ ਕਰੇ ਸਤਿਗੁਰੂ ਹੁਣ ਵੀ ਉਹਦੀਆਂ ਝੋਲੀਆਂ ਭਰ ਦਿੰਦੇ ਹਨ ਕਈ ਆ ਕੇ ਮਾਇਆ ਮੰਗਦੇ ਆ ਮਹਾਰਾਜ ਉਹਨਾਂ ਨੂੰ ਮਾਇਆ ਦੇ ਦਿੰਦੇ ਆ ਇੱਕ ਗੱਲ ਚੇਤਾ ਰੱਖਿਓ ਹੱਥੋਂ ਜੇਬ ਚੋਂ ਕੱਢ ਕੇ ਨਹੀਂ ਫੜਾਈ ਬਸ ਗੁਰੂ ਸਾਹਿਬ ਨੇ ਮੇਰ ਇੰਨੀ ਕਰਤੀ ਬਰਕਤਾਂ ਹੀ ਇੰਨੀਆਂ ਪਾ ਦਿਤੀਆਂ ਉਹ ਬੰਦੇ ਨਿਹਾਲ ਹੋ ਗਏ ਦੀ ਇੱਕ ਕਵੀ ਲਿਖਦਾ ਹੈ ਨਾ ਕਹਿੰਦਾ ਤੂੰ ਕਿਹੋ ਜ੍ਹਾ ਦਾਤਾ ਤੈਨੂੰ ਦਿੰਦਿਆਂ ਹਾਂ ਨਹੀਂ ਵੇਖਿਆ ਪਰ ਝੋਲੀ ਭਰੀ ਹੋਈ ਵੇਖੀ ਮੈਂ ਆਪਣੀ ਦਿੰਦਿਆਂ ਹਾਂ ਨਹੀਂ ਵੇਖਿਆ ਤੂੰ ਕਿਹੜੇ ਵੇਲੇ ਦਿੱਤੇ ਤੁਝੇ ਦੇਤਾ ਹੁਆ ਨਹੀਂ ਦੇਖਾ ਮਗਰ ਝੋਲੀ ਭਰੀ ਹੋਈ ਪਾਈ ਉਹ ਮਾਰਾ ਕਿਰਪਾ ਕਰਦੇ ਕਲਾਈ ਇਹੋ ਜੀ ਬਰਤਾ ਦਿੰਦੇ ਐ ਆਖਰ ਗੁਰੂ ਕੌਣ ਨੇ ਸ੍ਰੀ ਗੁਰੂ ਅਰਜਨ ਸਾਹਿਬ ਹਾਂਜੀ ਪ੍ਰਾਤ ਹੋਤਲ ਸੰਗ ਰਾਤ ਹੋਤਲੇ ਸੰਗ ਸਭਨ ਕੋ ਮਹਾਰਾਜ ਸਵੇਰ ਹੁੰਦਿਆਂ ਹੀ ਸਾਰਿਆਂ ਨੂੰ ਨਾਲ ਲੈ ਕੇ ਸੇਵਾ ਸ਼ੁਰੂ ਕਰਾ ਦਿੰਦੇ ਜੀ ਹਾਂਜੀ ਸਗਰੇ ਦਿਨ ਮਹਿ ਕਰਹਿ ਖਨਨ ਕੋ ਸਾਰਾ ਦਿਨ ਮਹਾਰਾਜ ਖੁਦਵਾਈ ਕਰਵਾਉਂਦੇ ਸੱਚੇ ਪਾਤਸ਼ਾਹ ਹਾਂਜੀ ਸੰਧਿਆ ਹੋਤ ਜਾਤ ਵਿੱਚ ਗ੍ਰਾਮ ਤੇ ਜਦੋਂ ਸੰਧਿਆ ਹੋ ਜਾਂਦੀ ਫਿਰ ਮਹਾਰਾਜ ਸੇਵਾ ਨੂੰ ਵਿਰਾਮ ਕਰਾਉਂਦੇ ਸੇਵਾ ਨੂੰ ਰੋਕ ਲਵਾ ਦਿੰਦੇ ਸਾਰੇ ਪਿੰਡਾਂ ਪਿੰਡਾਂ ਵਿੱਚ ਚਲੇ ਜਾਂਦੇ ਹਾਂਜੀ ਬਣ ਹੈ ਦੇਗ ਵੱਡ ਗੁਰ ਕੇ ਧਾਮ ਲੰਗਰ ਬੜਾ ਵੱਡਾ ਬਣਦਾ ਜੀ ਕਿਉਂਕਿ ਜਿੰਨਾ ਸਾਰੀ ਦਿਹਾੜੀ ਕੰਮ ਕਰਨਾ ਪ੍ਰਸ਼ਾਦਾ ਵੀ ਇੱਥੋਂ ਛਕਣਾ ਜੀ ਲੰਗਰ ਖੁੱਲਾ ਚੱਲਦਾ ਹੈ ਮਹਾਰਾ ਲੰਗਰ ਖੂਬ ਵੱਡਾ ਲਵਾਇਆ ਸੱਚੇ ਪਾਤਸ਼ਾਹ ਜੀ ਨੇ ਹਾਂਜੀ ਸਗਰੇ ਸੰਗਤ ਪਾਏ ਅਹਾਰੀ ਸਾਰੀ ਸੰਗਤ ਇੱਥੋਂ ਹੀ ਪ੍ਰਸ਼ਾਦਾ ਛਕਦੀ ਹੈ ਫਿਰ ਹਾਂਜੀ ਤਹਾ ਜਾਮਨੇ ਬਸ ਹੈ ਸਾਰੇ ਜਿੱਥੇ ਜਿੱਥੇ ਜਿੰਨੋ ਜਿੰਨੋ ਰਹਿਣ ਦਾ ਮੌਕਾ ਮਿਲਦਾ ਉੱਥੇ ਉੱਥੇ ਰਾਤ ਕੱਟ ਲੈਂਦਾ ਜੀ ਉਹ ਹਾਂਜੀ ਹੋਤ ਭੋਰ ਸਭ ਕ੍ਰਿਆ ਸੁਧਾਰ ਦਿਨੇ ਫਿਰ ਦਿਨ ਹੁੰਦੇ ਆ ਫਿਰ ਸੇਵਾ ਤੇ ਲੱਗ ਜਾਂਦੇ ਦੀ ਸਾਰੇ ਦੀ ਹਾਂਜੀ ਕਰ ਹੈ ਜਾਏ ਤੀਰਥ ਕੀ ਕਾਰ ਮਹਾਨ ਸੇਵਾ ਕਰ ਰਿਆ ਸਾਦ ਸੰਗਤ ਦੀ ਤੀਰਥ ਦੀ ਪਰ ਇਹ ਤੀਰਥ ਪਹਿਲਾਂ ਸੰਤੋਖ ਸਰ ਵਾਲਾ ਬਣ ਰਿਹਾ ਜੀ ਉਹ ਕਿਵੇਂ ਸੰਤੋਖ ਸਰ ਤੋਂ ਦਰਬਾਰ ਸਾਹਿਬ ਆਉਂਦੇ ਵੀ ਪ੍ਰਕਰਣ ਪੂਰਾ ਬੜਾ ਵੱਡਾ ਆਪਾਂ ਹੌਲੀ ਹੌਲੀ ਰੋਜ ਦੀ ਰੋਜ ਸੁਣੀ ਚੱਲਾਂਗੇ ਬਸ ਇੱਕ ਗੱਲ ਐ ਮਹਾਰਾਜ ਸੇਵਾ ਕਰਾਉਂਦੇ ਆ ਸੇਵਾ ਦੇ ਨਾਲ ਨਾਲ ਨਾਮ ਵੀ ਪੂਰਾ ਜਪਾਉਂਦੇ ਬਾਬਾ ਜਗਤਾਰ ਸਿੰਘ ਦੀ ਤਰਨ ਤਰਨ ਵਾਲੇ ਆਏ ਸਨ ਇੱਥੇ ਤੇ ਉਹ ਮੈਨੂੰ ਗੱਲ ਸੁਣਾ ਕੇ ਗਏ ਕਹਿੰਦੇ ਬਾਬਾ ਜੀਵਨ ਸਿੰਘ ਦੀ ਬੜੀ ਸੇਵਾ ਕਰਾਉਂਦੇ ਸਨ ਜਿਹੜੇ ਉਹਨਾਂ ਤੋਂ ਪਹਿਲਾਂ ਸਨ ਸਾਰੀ ਦਿਹਾੜੀ ਨਾਮ ਸਿਮਰਨ ਸੇਵਾ ਸਾਰੀ ਦਿਹਾੜੀ ਸੰਗਤ ਸੇਵਾ ਕਰ ਕਰਕੇ ਥੱਕੀ ਹੁੰਦੀ ਸੀ ਕੋਈ ਰੋੜੀ ਕੁੱਟਦਾ ਕੋਈ ਪਟਾਈ ਕਰਦਾ ਕੋਈ ਸਾਰੀ ਦਿਹਾੜੀ ਲੈਂਟਰ ਹੀ ਪਾਉਣਾ ਹੋਵੇ ਟੋکریاں ਢੋਈ ਜਾਂਦੇ ਬਾਲਟੇ ਸਿਰ ਤੇ ਰੱਖ ਕੇ ਕਹਿੰਦੇ ਜਦੋਂ ਸ਼ਾਮ ਹੁੰਦੀ ਸੀ ਨਾ 2 ਘੰਟੇ ਫਿਰ ਚੌਂਕੜਾ ਮਰਵਾ ਦਿੰਦੇ ਸਨ ਵੀ ਬੈਠੋ 2 ਘੰਟੇ ਗੁਰਮੰਤਰ ਜਪੋ ਤੇ ਫਿਰ ਆਨਾ ਕੰਨੀ ਨਹੀਂ ਸੀ ਚਲਦੀ ਜਿਹੜਾ ਨਹੀਂ ਗਿਆ ਉਹਦੀ ਖਚਾਈ ਹੁੰਦੀ ਸੀ ਕਹਿਣ ਲੱਗੇ ਹੁਣ ਵੀ ਹਜੂਰ ਸਾਹਿਬ ਕੱਲੇ ਹਜੂਰ ਸਾਹਿਬ ਨੇ ਕਾਰ ਸੇਵਾ ਦੇ ਜਿੰਨੇ ਡੇਰੇ ਨੇ ਸਾਰੀ ਦਿਹਾੜੀ ਉਹ ਸੇਵਾ ਕਰਦੇ ਆ ਕਈ ਡੇਰਿਆਂ ਚ 1 ਘੰਟਾ ਕਈਆਂ ਚ 2 ਘੰਟੇ ਸ਼ਾਮ ਨੂੰ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਨੇ ਔਰ ਇੱਥੇ ਕੋਈ ਲਿਹਾਜ਼ ਨਹੀਂ ਭਾਵੇਂ ਕੋਈ ਬਿਮਾਰ ਹੈ ਉਹਨੂੰ ਆ ਕੇ ਬਹਿਣਾ ਪਏ ਉਹ ਕਹਿੰਦੇ 40 ਦਿਨ ਬੰਦਾ ਸਾਡੇ ਨਾਲ ਕੱਢ ਦੇ ਜੰਮ ਨਹੀਂ ਉਹਦੇ ਨੇੜੇ ਆਏਗਾ 40 ਦਿਨ ਕੱਢ ਜੇ ਕਿਉਂ ਸੇਵਾ ਤੇ ਸਿਮਰਨ ਇਕੱਠੇ ਹੋ ਰਹੇ ਨਾ ਤੇ ਸੇਵਾ ਸਿਮਰਨ ਇਕੱਠੇ ਹੋ ਜਾਂਦਾ ਉਹਦਾ ਬੜਾ ਵੱਡਾ ਪ੍ਰਤਾਪ ਹੋ ਜਾਂਦਾ ਅਸੀਂ ਨਿਤਨੇਮ ਕਰਦੇ ਹਫਤੇ ਬਾਅਦ ਸੇਵਾ ਕਰਨ ਦਾ ਮੌਕਾ ਮਿਲਦਾ ਜਿਹੜੇ ਸੇਵਾ ਹੀ ਕਰੀ ਜਾਂਦੇ ਸੇਵਾ ਹੀ ਕਰੀ ਜਾਂਦੇ ਆ ਉਹ ਕਿਤੇ ਟਿਕ ਕੇ ਬਹਿ ਕੇ ਵਾਹਿਗੁਰੂ ਨਹੀਂ ਬੋਲਦੇ ਪਰ ਕਈ ਭਾਗਾਂ ਵਾਲੇ ਹੁੰਦੇ ਆ ਸੇਵਾ ਵੀ ਪੂਰੀ ਕਰਦੇ ਆ ਜਾਪ ਵੀ ਪੂਰਾ ਕਰਦੇ ਆ ਤਾਂ ਹੁੰਦਾ ਕੀ ਆ ਕਹਿੰਦੇ 40 ਦਿਨ ਸਾਡੇ ਨਾਲ ਬੰਦਾ ਲਾ ਦੇ ਜੰਮ ਨਹੀਂ ਉਹਦੇ ਲੱਗ ਗਿਆ ਆਏਗਾ ਕਿਉਂ 40 ਦਿਨਾਂ ਚ ਜਪਤਾ ਵੀ ਇੰਨਾ ਹੋ ਜਾਣਾ ਮਹਾਰਾਜ ਗੁਰੂ ਅਰਜਨ ਸਾਹਿਬ ਸੇਵਾ ਕਰਾ ਰਹੇ ਮਾਨੋ ਬਖਸ਼ਿਸ਼ਾਂ ਦਾ ਸਦਾ ਵਰਤ ਲਾਤਾ ਸਦਾ ਵਰਤ ਕਹਿੰਦੇ ਲੰਗਰ ਨੂੰ ਗੁਰੂ ਅਰਜਨ ਸਾਹਿਬ ਨੇ ਸੇਵਾ ਦਾ ਬਖਸ਼ਿਸ਼ਾਂ ਦਾ ਲੰਗਰ ਲਾਇਆ ਹੋਇਆ ਉਹ ਕਥਾ ਆਪਾਂ ਅੱਗੇ-ਅੱਗੇ ਸੁਣੀ ਜਾਵਾਂਗੇ ਇੱਥੋਂ ਸੰਤੋਖੇ ਰਿਸ਼ੀ ਨੇ ਅਜੇ ਵਿੱਚੋਂ ਨਿਕਲਣਾ ਪੁਟਾਈ ਦੇ ਵਿੱਚੋਂ ਜੀ ਉਹ ਕਥਾ ਆਪਾਂ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ ਪਿਆਰ ਨਾਲ ਜਪੋ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਪਿਆਰ ਨਾਲ ਸਤ ਨਾਮ ਵਾਹਿਗੁਰੂ 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 ਗੱਜ ਕੇ ਸਤ ਨਾਮ ਵਾਹਿਗੁਰੂ 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 ਜਪ ਲੋ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਉਹ 2 ਘੰਟੇ ਲਵਾਉਂਦੇ ਚ ਰੋ ਆਪਾਂ ਤਾਂ 2 ਮਿੰਟ ਲਾਇਆ ਨਾ ਉਹ 2 ਘੰਟੇ ਲਵਾਉਂਦੇ ਰਹੋ ਜੀ ਇਹਨੇ ਵੀ ਸ਼ਾਮ ਨੂੰ ਸਵੇਰੇ ਵੀ ਕਿਉਂ ਨਾ ਜ਼ਿੰਦਗੀ ਇਹ ਬਣਾ ਲਈ ਆਪਣੀ ਤੇ ਫਿਰ ਬਰਕਤਾਂ ਵੇਖੋ ਕਿੰਨੀਆਂ ਕਿੰਨੀਆਂ ਵੱਡੀਆਂ ਬੜੀਆਂ ਬੜੀਆਂ ਬਰਕਤਾਂ ਆ ਜਾਂਦੀਆਂ ਮਹਾਰਾਜ ਕਿਰਪਾ ਕਰੋ ਪੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ ਗੱਦ ਕੇ ਫਤਿਹ ਬਲਾਉ ਜੀ ਸਲਾਮ 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 ਸੋਕਾ